ਲੱਲਾ ਬੇਗ ਦੇ ਦੋ ਲੜਕੇ ਕਾਸਮ ਬੇਗ ਤੇ ਸ਼ਮਸ਼ ਬੇਗ ਆਪਣੇ ਪਿਤਾ ਦੀ ਅਗਵਾਈ ਹੇਠਾਂ ਲੜਨ ਵਾਸਤੇ ਮੂਹਰੇ ਵਧੇ ਨੇ। ਲੜਦਿਆਂ ਲੜਦਿਆਂ ਕਾਸਮ ਬੇਗ ਭਾਈ ਲੱਖੂ ਦੇ ਹੱਥੋਂ ਮਾਰਿਆ ਗਿਆ, ਸ਼ਮਸ਼ ਬੇਗ ਵੀ ਮਾਰਿਆ ਗਿਆ। ਉਧਰ ਭਾਈ ਜੇਠਾ ਜੀ ਜੋ ਗੁਰੂ ਘਰ ਦੇ ਅਨਿੰਨ ਸੇਵਕ ਨੇ, ਅਨੇਕਾਂ ਜਰਵਾਣਿਆਂ ਤੇ ਵੈਰੀਆਂ ਨੂੰ ਸੋਧਾ ਲਾ ਕੇ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ ਹਨ। ਜਦੋਂ ਸ਼ਮਸ਼ ਬੇਗ ਤੇ ਕਾਸਮ ਬੇਗ ਦੋਵੇਂ ਮਾਰੇ ਗਏ, ਲੱਲਾ ਬੇਗ ਨੇ ਵੇਖਿਆ ਇਹਦੇ ਦੋ ਪੁੱਤਰ ਸਨ, ਦੋਵੇਂ ਰਣਭੂਮੀ ਵਿੱਚ ਮਾਰੇ ਜਾ ਚੁੱਕੇ ਨੇ। ਸ਼ਮਸ਼ ਬੇਗ ਦੀ ਲਾਸ਼ ਵੇਖ ਕੇ ਰੋ ਪਿਆ, ਕਿਉਂਕਿ ਉਹਦੇ ਸਿਰ ਤੇ ਧੜ ਤੇ ਸਿਰ ਵੀ ਨਹੀਂ ਸੀ। ਭਾਈ ਜਾਤੀ ਮਲਕ ਦੇ ਹੱਥੋਂ ਇਹਦਾ ਸਿਰ ਵੱਢਿਆ ਜਾ ਚੁੱਕਾ ਸੀ। ਘੋੜੇ ਦੀ ਰਕਾਬ ਚ ਪੈਰ ਫਸਿਆ ਹੋਇਆ ਤੇ ਤਰੀਕਦੇ ਫਿਰਦੇ ਨੇ ਦੀ ਲੋਥ ਨੂੰ ਬੜਾ ਡਾਢਾ ਪਰੇਸ਼ਾਨ ਤੇ ਦੁਖੀ ਤੇ ਨਾਲੇ ਰੋਂਦਾ ਕੁਰਲਾਉਂਦਾ ਤਾਹਾਂ ਮਾਰਦਾ ਹੈ ਕਿ ਮੇਰੇ ਟੱਬਰ ਦੇ ਮੇਰੇ ਪਰਿਵਾਰ ਦੇ ਕਈ ਮੈਂਬਰ ਇਸ ਜੰਗ ਵਿੱਚ ਮਾਰੇ ਜਾ ਚੁੱਕੇ ਨੇ। ਮੈਂ ਸੋਚਦਾ ਸੀ ਕਿ ਬੜੇ ਸੌਖੇ ਢੰਗ ਨਾਲ ਜਾ ਕੇ ਗੁਰੂ ਜੀ ਨੂੰ ਮਾਰ ਮੁਕਾਵਾਂਗਾ, ਪਰ ਇੱਥੇ ਤਾਂ ਮੌਤ ਦੇ ਫਰਿਸ਼ਤਿਆਂ ਨਾਲ ਮੇਰੀ ਲੜਾਈ ਹੋ ਰਹੀ ਹੈ। ਇਹ ਤਾਂ ਮੌਤ ਦੇ ਫਰਿਸ਼ਤੇ ਨੇ ਜਿਹੜੇ ਮੇਰੀ ਫੌਜ ਨੂੰ ਸਾਰਿਆਂ ਨੂੰ ਮਾਰ ਮੁਕਾਇਆ। ਸੋਕ ਜਰਨੈਲ ਚੋਣਵਾ ਇਹਦੇ ਨਾਲ ਰਹਿ ਗਿਆ ਸੀ ਲੱਲਾ ਬੇਗ ਦੇ, ਉਹਨਾਂ ਨੂੰ ਨਾਲ ਲੈ ਕੇ ਜੰਗ ਦੇ ਮੈਦਾਨ ਵਿੱਚ ਚੜ੍ਹਿਆ। ਜੰਗ ਅਖੀਰਲੇ ਪੜਾਅ ਤੇ ਹੈ, ਬਸ ਇਹ ਅਖੀਰਲਾ ਹੱਲਾ ਹੈ ਜੋ ਲੱਲਾ ਬੇਗ ਵੱਲੋਂ ਕੀਤਾ ਜਾ ਰਿਹਾ। ਲੱਲਾ ਬੇਗ ਦੇ ਇਸ ਹੱਲੇ ਨੂੰ ਮਹਾਰਾਜ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਰੋਕ ਰਹੇ ਨੇ। ਮਨ ਬਿਰਤੀਆਂ ਇਕਾਗਰ ਕਰਕੇ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਦੀ ਇਹ ਪਵਿੱਤਰ ਪਾਵਨ ਕਥਾ, ਵੀਰ ਰਸੀ ਕਥਾ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਮਹਾਰਾਜ ਜੀ ਦੇ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾਈਏ। ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਰੋਦਤ ਸੋਕਤ ਹੇਰ ਕਰ ਹੁਕਮ ਸਾਹਿਬ ਪਾਸ। ਲੱਲਾ ਬੇਗ ਆਪਣੇ ਪੁੱਤਰਾਂ ਦੀ ਮੌਤ ਤੇ ਰੋ ਰਿਹਾ ਹੈ। ਇਸ ਪੂਰੇ ਵਿਸ਼ਵ ਭਰ ਵਿੱਚ ਇੱਕੋ ਇੱਕ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਨੇ ਜਿਹੜੇ ਆਪਣੇ ਪੁੱਤਰਾਂ ਦੀ ਸ਼ਹੀਦੀ ਤੇ ਨੇਤਰਾਂ ਚੋਂ ਹੰਝੂ ਨਹੀਂ ਬਹਾਏ, ਵਰਨਾ ਵੱਡੇ ਵੱਡੇ ਜਰਨੈਲ ਰੋ ਪੈਂਦੇ ਕੁਰਲਾ ਪੈਂਦੇ ਸਨ। ਕਿਹੋ ਜਿਹਾ ਜਿਗਰਾ ਕਲਗੀ ਧਰਦਾ ਕਿ ਉਹਨਾਂ ਦੇ ਨੇਤਰਾਂ ਦੇ ਸਾਹਮਣੇ ਚਮਕੌਰ ਦੀ ਜੰਗ ਵਿੱਚ ਉਹਨਾਂ ਦੇ ਦੋ ਨੌਜਵਾਨ ਪੁੱਤਰ, ਇੱਕ ਨੇ ਹਾਲੇ ਜਵਾਨੀ ਚ ਪੈਰ ਪਾਇਆ ਤੇ ਦੂਜਾ ਹਾਲੇ ਕਿਸ਼ੋਰ ਅਵਸਥਾ ਵਿੱਚ ਹੈ,
ਲੜ ਕੇ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਰਹੇ ਨੇ ਤੇ ਉਹਨਾਂ ਦੇ ਸ਼ਹੀਦ ਹੋਇਆ ਗਲ ਚ ਪੱਲੂ ਪਾ ਕੇ ਪਰਮਾਤਮਾ ਦਾ ਸ਼ੁਕਰ ਕਰਦੇ ਨੇ। ਵਰਨਾ ਇੱਥੇ ਤਾਂ ਅਰਜਨ ਵਰਗੇ ਜਿਹੜੇ ਨਰ ਦਾ ਅਵਤਾਰ ਮੰਨੇ ਜਾਂਦੇ ਸਨ, ਆਪਣੇ ਪੁੱਤਰ ਅਭਿਮਨਿਊ ਦੀ ਮੌਤ ਤੇ ਉਹਨੇ ਵੀ ਧਨਕ ਸੁੱਟ ਦਿੱਤਾ ਸੀ, ਰੋ ਉੱਠਿਆ ਸੀ, ਕੁਰਲਾ ਉੱਠਿਆ ਸੀ। ਅੱਜ ਲੱਲਾ ਬੇਗ ਵੀ ਰੋ ਰਿਹਾ, ਇਹਦੇ ਦੋ ਪੁੱਤਰ ਮਾਰੇ ਗਏ ਨੇ, ਇਹਦੇ ਸਾਹਮਣੇ ਕੁਰਲਾਪ ਕਰ ਰਿਹਾ, ਮਮਤਾ ਵਿੱਚ ਮੋਹ ਵਸ ਹੋ ਕੇ ਰੋਂਦਾ ਤੇ ਕੁਰਲਾਉਂਦਾ ਹੈ। ਗੁਲਖਾ ਨਾਮ ਪਠਾਨ ਕੋ ਬੋਲਿਓ ਸੁਮਤ ਪ੍ਰਕਾਸ਼। ਇਹਦੇ ਲਾਗੇ ਦੇ ਮੁਸਾਹਿਬ ਖੜੇ ਸੀ ਜਿਨ੍ਹਾਂ ਨੇ ਲੱਲਾ ਬੇਗ ਨੂੰ ਰੋਂਦਿਆਂ ਵੇਖਿਆ। ਉਹਨਾਂ ਮੁਸਾਹਿਬਾਂ ਵਿੱਚੋਂ ਇੱਕ ਸੀ ਗੁਲ ਖਾਨ। ਗੁਲ ਖਾਨ ਨੇ ਜਦੋਂ ਲੱਲਾ ਬੇਗ ਵੱਲ ਤੱਕਿਆ ਵੀ ਰੋ ਰਿਹਾ ਤੇ ਗੁਲ ਖਾਨ ਨੇ ਲੱਲਾ ਬੇਗ ਨੂੰ ਸੰਬੋਧਨ ਕਰਦਿਆਂ ਹੋਇਆ ਇਹਨੂੰ ਧੀਰਜ ਦੇਣ ਵਾਸਤੇ ਬੜੀ ਸਿਆਣੀ ਮਤ ਦੇ ਨਾਲ ਬੋਲਿਆ, ਕਹਿਣ ਲੱਗਾ ਭੁਜੰਗ ਛੰਦ ਲੱਲਾ ਬੇਗ ਸੋ ਕੰਮ ਨ ਕੀ ਜੈ ਸੁਜਾਨਾ। ਕਹਿਣ ਲੱਗਾ ਹੈ ਲੱਲਾ ਬੇਗ ਤੂੰ ਸਿਆਣਾ ਬਣ, ਸੁਮਤ ਨੂੰ ਹੱਥ ਮਾਰ, ਤੂੰ ਆਪਣੀ ਫੌਜ ਦਾ ਸਿਪਾਹ ਸਲਾਰ ਹੈ, ਜਰਨੈਲ ਹੈ, ਤੈਨੂੰ ਸ਼ੋਕ ਕਰਨਾ ਨਹੀਂ ਬਣਦਾ। ਸਮੋ ਜੰਗ ਕੋ ਜਾਨ ਲਿਜੈ ਮਹਾਨਾ। ਇਸ ਵੇਲੇ ਜੰਗ ਦਾ ਸਮਾਂ, ਜੰਗ ਦੇ ਸਮੇਂ ਸ਼ੋਕ ਨਹੀਂ ਮਨਾਈਦਾ, ਜੰਗ ਦੇ ਸਮੇਂ ਸੂਰ ਵੀਰਤਾ ਨਾਲ ਰਣ ਭੂਮੀ ਵਿੱਚ ਲੜੀਦਾ ਹੈ। ਇਸ ਪ੍ਰਕਾਰ ਨਾਲ ਇੱਥੇ ਜੰਗ ਦਾ ਸਮਾਂ ਜਾਣ ਨਾ ਕਰ। ਫਤਿਹ ਹੋਏ ਕੈ ਹਾਰ ਏਕੋ ਸੋ ਪਾਵੈ। ਭਾਵੇਂ ਕਿਸੇ ਦੀ ਜਿੱਤ ਹੋਵੇ ਤੇ ਭਾਵੇਂ ਕਿਸੇ ਦੀ ਹਾਰ ਹੋਵੇ, ਹਾਰ ਵੀ ਕਿਸੇ ਇੱਕ ਜਣੇ ਦੀ ਹੋਣੀ ਤੇ ਜਿੱਤ ਵੀ ਕਿਸੇ ਇੱਕ ਦੀ ਹੋਣੀ। ਜਦੋਂ ਦੋ ਜਣੇ ਲੜਦੇ ਆ, ਦੋ ਪਾਸਿਓਂ ਫੌਜਾਂ ਲੜਦੀਆਂ ਨੇ ਤੇ ਉਦੋਂ ਇੱਕ ਨਹੀਂ ਜਿੱਤਣਾ ਤੇ ਇੱਕ ਨਹੀਂ ਹਾਰਨਾ ਹੁੰਦਾ, ਐਸਾ ਹੀ ਵਿਧਾਨ ਬਣਿਆ ਹੋਇਆ। ਨਾਰਾਇਣ ਵੀਰ ਸਾਰੇ ਇਹ ਰੀਤ ਭਾਵੈ। ਇਸੇ ਰੀਤ ਨੂੰ ਭਾਉਂਦਿਆਂ ਹੋਇਆ ਸਾਰੇ ਵੀਰ ਯੋਧੇ ਜੰਗ ਦੇ ਮੈਦਾਨ ਵਿੱਚ ਲੜਦੇ ਨੇ ਕਿ ਇੱਕ ਨੇ ਹਾਰਨਾ ਤੇ ਇੱਕ ਨੇ ਜਿੱਤਣਾ ਤੇ ਜਿੱਤ ਤੇ ਹਾਰ ਦਾ ਵਿਧਾਨ ਕੁਦਰਤ ਦਾ ਬਣਾਇਆ ਹੋਇਆ। ਪਰ ਜੇ ਕੋਈ ਸੂਰਮਾ, ਜੇ ਕੋਈ ਬਹਾਦਰ, ਜੇ ਕੋਈ ਯੋਧਾ, ਜੇ ਕੋਈ ਜਰਨੈਲ ਜੰਗ ਦੇ ਮੈਦਾਨ ਨੂੰ ਛੱਡ ਕੇ ਚਲਾ ਜਾਵੇ ਤਾਂ ਉਹਦੇ ਵਾਸਤੇ ਇਹ ਗੱਲ ਬੜੀ ਬੁਰੀ ਹੁੰਦੀ ਹੈ। ਰਣ ਭੂਮੀ ਨੂੰ ਛੱਡ ਕੇ ਜਾਣਾ ਸੂਰਮਿਆਂ ਦਾ ਕੰਮ ਨਹੀਂ, ਇਹ ਸੂਰਮਿਆਂ ਵਾਸਤੇ ਸਭ ਤੋਂ ਜ਼ਿਆਦਾ ਬੁਰਾ ਹੈ ਕਿ ਉਹ ਰਣ ਭੂਮੀ ਨੂੰ, ਜੰਗ ਦੇ ਮੈਦਾਨ ਨੂੰ ਛੱਡ ਕੇ ਚਲੇ ਜਾਣ। ਲੋਕ ਕੋ ਮੌਤ ਤਾਰੀਫ ਖੋਵੈ। ਉਹ ਦੋਵਾਂ ਲੋਕਾਂ ਦੇ ਵਿੱਚੋਂ ਦੀ ਖੁਸ਼ੀ ਤੇ ਆਪਣੀ ਤਾਰੀਫ ਨੂੰ ਗਵਾ ਬਹਿੰਦਾ ਜਿਹੜਾ ਸੂਰਮਾ ਰਣ ਭੂਮੀ ਨੂੰ ਛੱਡ ਕੇ ਚਲਾ ਜਾਵੇ। ਨਾ ਉਹਦੀ ਇਸ ਲੋਕ ਵਿੱਚ ਉਪਮਾ ਹੁੰਦੀ ਹੈ, ਨਾ ਪਰਲੋਕ ਵਿੱਚ। ਦੋਹਾਂ ਜਹਾਨਾਂ ਵਿੱਚ ਉਹਦੀ ਖੁਸ਼ੀ ਜਾਂਦੀ ਰਹਿੰਦੀ ਹੈ, ਉਹਦੀ ਤਾਰੀਫ ਚਲੀ ਜਾਂਦੀ ਹੈ। ਵੱਡੇ ਆਪਦਾਨਾ ਕਹੈ ਕੌਣ ਸਿਆਣੋ। ਇਹ ਲੱਲਾ ਬੇਗ ਤੂੰ ਆਪ ਵੱਡਾ ਦਾਨਾ ਸਿਆਣਾ, ਇਹੋ ਜਿਹਾ ਕਿਹੜਾ ਤੇਰੇ ਨਾਲੋਂ ਵੱਧ ਸਿਆਣਾ ਹੋਵੇ ਜਿਹੜਾ ਤੈਨੂੰ ਅਕਲ ਦੇਵੇ। ਤੂੰ ਸਭ ਤੋਂ ਸਿਆਣਾ, ਸਾਡਾ ਜਰਨੈਲ ਹੈ, ਤੈਨੂੰ ਸਿਆਣਪ ਦੇਣ ਵਾਲਾ ਕਿਹੜਾ ਇਹੋ ਜਿਹਾ ਬਲਵਾਨ ਹੈ ਜਿਹੜਾ ਤੇਰੇ ਤੋਂ ਵੱਧ ਸਿਆਣਾ ਹੋਵੇ। ਭਲੀ ਬਾਤ ਜੇਤੇ ਸਭੈ ਬੁੱਧ ਜਾਣੋ। ਭਲੀ ਗੱਲਾਂ ਜਿੰਨੀਆਂ ਚੰਗੀਆਂ ਗੱਲਾਂ ਨੇ ਉਹ ਤੂੰ ਸਾਰੀਆਂ ਜਾਣਦਾ, ਉਹ ਸਾਰੀਆਂ ਗੱਲਾਂ ਤੇਰੀ ਬੁੱਧੀ ਦੇ ਵਿੱਚ ਚੱਲ ਕੇ ਆਉਂਦੀਆਂ ਹਨ। ਰਚੀ ਆਪ ਮੌਲਾ ਬਣੈ ਅਗਰ ਸੋਏ। ਮੌਲਾ ਨੇ, ਪਰਮਾਤਮਾ ਨੇ, ਖੁਦਾ ਨੇ ਇਹ ਵਿਧ ਇਸੇ ਤਰ੍ਹਾਂ ਦੀ ਰਚੀ ਹੋਈ ਹੈ।
ਜਿਹੜੀ ਇਹ ਵਿਦਕ ਮੌਲਾ ਨੇ ਅਕਾਲ ਪੁਰਖ ਨੇ ਰਚੀ ਹੈ, ਇਹ ਇਸੇ ਤਰ੍ਹਾਂ ਹੀ ਹੋਣੀ ਸੀ, ਇਸੇ ਤਰ੍ਹਾਂ ਹੀ ਵਰਤਣੀ ਹੈ। ਮੌਲਾ ਦੀ ਕੀਤੀ ਹੋਈ ਹੁੰਦੀ ਹੈ ਉਹਨੂੰ ਸਾਰੇ ਆਪਣੇ ਸਿਰ ਤੇ ਪ੍ਰਵਾਨ ਕਰਦੇ ਹਨ, ਉਹਨੂੰ ਸਾਰੇ ਆਪਣੇ ਸੀਸ ਤੇ ਪ੍ਰਵਾਨ ਕਰਦੇ ਨੇ। ਉਹ ਅਕਾਲ ਪੁਰਖ ਖੁਦਾਵੰਦ ਕਰੀਮ ਦੀ ਕੀਤੀ ਹੋਈ ਨੂੰ ਕੋਈ ਨੀ ਮੋੜਦਾ। ਕਹਾਂ ਹੋਤ ਰੋਏ ਮੇਟੈ ਨਾਹੀਂ ਕੈਸੇ। ਰੋਂਦਿਆਂ ਕੀ ਹੋਣਾ ਲੱਲਾ ਬੇਗ, ਜੇ ਤੂੰ ਰੋਵੇਂਗਾ ਤੇ ਗੁਰੂ ਨੇ ਹਟ ਥੋੜੀ ਜਾਣਾ ਪਿੱਛੇ ਤੇਰੇ ਤੇ ਹਮਲਾ ਕਰਨ ਤੋਂ। ਰੋਂਦਿਆਂ ਤੂੰ ਇੱਥੇ ਥੋੜੀ ਜਿੱਤ ਜਾਏਗਾ, ਜੇ ਤੂੰ ਰੋਵੇਂਗਾ ਤੇ ਜਿੱਤ ਥੋੜੀ ਜਾਏਗਾ ਰੋਣ ਨਾਲ, ਜਾਂ ਤੇਰੇ ਰੋਣ ਨਾਲ ਤੇਰੇ ਮਰੇ ਹੋਏ ਪੁੱਤਰ ਕਾਸਮ ਬੇਗ ਤੇ ਸ਼ਮਸ਼ ਬੇਗ ਵਾਪਸ ਥੋੜੀ ਆ ਜਾਣੇ ਨੇ। ਤੇਰੇ ਰੋਣ ਨਾਲ ਤੇਰੇ ਭਰਾ ਕੰਬਰ ਬੇਗ ਨੇ ਵਾਪਸ ਨਹੀਂ ਆਉਣਾ, ਤੇਰੇ ਰੋਣ ਨਾਲ ਤੇਰੇ ਭਾਣਜੇ ਕਾਬਲ ਬੇਗ ਨੇ ਵੀ ਜਿਉਂਦਾ ਵਾਪਸ ਨਹੀਂ ਆਉਣਾ। ਰੋ ਅਗਰ ਹੋਏ ਚੜ੍ਹੇ ਆਪ ਜੈਸੇ। ਤੈਨੂੰ ਅੱਗੇ ਹੋ ਕੇ ਲੜਨਾ ਚਾਹੀਦਾ ਆਪ ਜਿਵੇਂ ਚੜ੍ਹ ਕੇ ਆਇਆ ਪਿੱਛੋਂ ਲਾਹੌਰ ਤੋਂ, ਇਥੋਂ ਵੀ ਅੱਗੇ ਤੈਨੂੰ ਆਪ ਚੜ੍ਹਾਈ ਕਰਕੇ ਚੜ੍ਹਨਾ ਚਾਹੀਦਾ, ਲੜਨਾ ਚਾਹੀਦਾ ਅੱਗੇ ਹੋ ਕੇ। ਹਜੋ ਨਾ ਕਰੇ ਤੋਹੇ ਤਾਰੀਫ ਸਾਰੇ। ਜੇ ਤੂੰ ਲੱਲਾ ਬੇਗ ਜਰਣ ਭੂਮੀ ਵਿੱਚ ਜੰਗ ਦੇ ਮੈਦਾਨ ਵਿੱਚ ਅੱਗੇ ਹੋ ਕੇ ਲੜੇਗਾ ਤਾਂ ਤੇਰੀ ਕੋਈ ਹਜ਼ੋ ਨਹੀਂ ਕਰੇਗਾ। ਹਜ਼ੋ ਦਾ ਮਤਲਬ ਹੁੰਦਾ ਵੀ ਤੇਰੀ ਕੋਈ ਨਿੰਦਾ ਨਹੀਂ ਕਰੇਗਾ, ਤੇਰੇ ਵਾਸਤੇ ਕੋਈ ਮਾੜਾ ਸ਼ਬਦ ਨਹੀਂ ਬੋਲੇਗਾ, ਇਹੀ ਆਖਣਗੇ ਕਿ ਤੂੰ ਸੂਰਮੈਂ, ਸਗੋਂ ਤਾਰੀ ਤੇਰੀ ਤਾਰੀਫ ਹੋਵੇਗੀ। ਰੱਖੋ ਲਾਜ ਅੱਛਾ ਕਰੋ ਨਹੀਂ ਟਾਰੇ। ਆਪਣੀ ਲਾਜ ਰੱਖੋ ਲੱਲਾ ਬੇਗ ਜੀ, ਰਣ ਭੂਮੀ ਵਿੱਚ ਅੱਗੇ ਜਾ ਕੇ ਹੁਣ ਇੱਥੇ ਟਾਲਾ ਨਾ ਕਰੋ, ਹੁਣ ਤਾਂ ਲੜਨਾ ਹੀ ਬਣ ਆਉਂਦਾ ਹੈ। ਗੁਲਮ ਖਾਨ ਕੇ ਬੈਨ ਜਾਨੇ ਸੁਜਾਨੇ। ਲੱਲਾ ਬੇਗ ਨੇ ਗੁਲ ਖਾਨ ਦੀਆਂ ਇਹ ਗੱਲਾਂ ਸੁਣੀਆਂ, ਗੁਲ ਖਾਨ ਨੇ ਇੱਕ ਇੱਕ ਗੱਲ ਬੜੀ ਪਤੇ ਤੇ ਟਿਕਾਣੇ ਦੀ ਕਹੀ ਸੀ, ਇੱਕ ਇੱਕ ਗੱਲ ਇਹਨੇ ਸੁਣੀ ਆ ਤੇ ਉਹਨੂੰ ਮੰਨਿਆ ਹੈ। ਲੱਲਾ ਬੇਗ ਨੇ ਸ਼ੋਕ ਤਿਆਗੇ ਉਹ ਮਹਾਨੇ। ਉਹਦੀਆਂ ਗੱਲਾਂ ਸੁਣ ਕੇ ਲੱਲਾ ਬੇਗ ਨੇ ਆਪਣੇ ਮਨ ਦਾ ਸ਼ੋਕ ਤਿਆਗਿਆ, ਆਪਣੇ ਮਨ ਦਾ ਡਰ ਤੇ ਸਹਿਮ ਤਿਆਗਿਆ ਹੈ। ਕਰੇ ਉਹ ਉਤਸ਼ਾਹ ਹਿਰਦੈ ਧੀਰ ਧਾਰੇ। ਦੇ ਵਿੱਚ ਧੀਰਜ ਧਾਰਨ ਕਰਕੇ ਇਹਨੇ ਉਤਸ਼ਾਹ ਕੀਤਾ, ਆਪਣੇ ਸਾਥੀ ਵੱਲੋਂ ਦਿੱਤੀ ਹੋਈ ਹੱਲਾ ਸ਼ੇਰੀ ਦੇ ਨਾਲ ਇਹਦਾ ਮਨ ਬਲਵਾਨ ਹੋਇਆ। ਗੁਰੂ ਸੰਗ ਚਾਹੇ ਭੈਰੋਂ ਜੰਗ ਭਾਰੇ। ਲੱਲਾ ਬੇਗ ਚਾਹੁੰਦਾ ਕਿ ਮੈਂ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਦੋ ਹੱਥ ਕਰਾਂ, ਗੁਰੂ ਹਰਗੋਬਿੰਦ ਸਾਹਿਬ ਨਾਲ ਦੋ ਦੋ ਹੱਥ ਕਰਕੇ ਉਹਨਾਂ ਦੇ ਨਾਲ ਲੜਾਂ, ਉਹਨਾਂ ਨਾਲ ਜੂਝਾਂ, ਇਹਦੇ ਮਨ ਵਿੱਚ ਇੱਛਾ ਹੈ। ਤੋ ਫੈਜ ਖਾਂ ਪਾਸ ਦੇਨੇ ਬਲੇਰੇ। ਲਾਗੇ ਦਾ ਇੱਕ ਹੋਰ ਜਰਨੈਲ ਖੜਾ ਸੀ, ਉਹਦਾ ਨਾਂ ਸੀ ਫੈਜ਼ ਖਾਂ। ਫੈਜ਼ ਖਾਂ ਨੇ ਵੀ ਇਹਨੂੰ ਹੌਸਲਾ ਦਿੱਤਾ, ਆਖਿਆ ਲੱਲਾ ਬੇਗ ਫਿਕਰ ਨਾ ਕਰ, ਅਸੀਂ ਹਲੇ ਜੀਵਦੇ ਹਾਂ, ਤੇਰੇ ਨਾਲ ਦੇ ਜੀਵਦੇ ਹਾਂ। ਹੈ ਪ੍ਰਾਣ ਜੋ ਲਓ ਸੁਣੋ ਬਾਤ ਮੇਰੇ। ਲੱਲਾ ਬੇਗ ਜਦੋਂ ਤੱਕ ਸਰੀਰਾਂ ਵਿੱਚ ਸਾਹ ਚੱਲਦੇ ਨੇ, ਜਦੋਂ ਤੱਕ ਇਹਨਾਂ ਸਰੀਰਾਂ ਵਿੱਚ ਪ੍ਰਾਣ ਚੱਲਦੇ ਹਨ, ਗੁਰੂ ਕੋ ਗਹਿ ਕਹਿਤ ਸ਼ਸਤਰ ਮਾਰ, ਉਦੋਂ ਤੱਕ ਜਾਂ ਤਾਂ ਗੁਰੂ ਨੂੰ ਪਕੜਾਂਗੇ ਜਾਂ ਆਪਣੇ ਹਥਿਆਰਾਂ ਤੇ ਸ਼ਸਤਰਾਂ ਨਾਲ ਉਹਨੂੰ ਮਾਰਾਂਗੇ। ਬੈ ਸਾਹ ਕੇ ਪਾਸ ਆਪਾ ਦਿਖਾਰ, ਬਾਦਸ਼ਾਹ ਸ਼ਾਹ ਜਹਾਨ ਕੋਲ ਜਾ ਕੇ ਆਪਣੀ ਸ਼ਕਲ ਵਿਖਾਵਾਂਗੇ, ਆਪਣੇ ਮੂੰਹ ਤਾਂ ਜਾ ਕੇ ਬਾਦਸ਼ਾਹ ਦੀ ਕਚਹਿਰੀ ਵਿੱਚ ਵਿਖਾਵਾਂਗੇ। ਨਹੀਂ ਤਾਂ ਇਹਾਂ ਬੇਰ ਖੇਤਮ ਮਜਾਰਾ, ਨਹੀਂ ਤਾਂ ਇਸੇ ਰਣ ਭੂਮੀ ਵਿੱਚ ਜੰਗ ਭੂਮੀ ਵਿੱਚ ਜਿੱਥੇ ਨਾ ਸਾਡੇ ਨਾਲ ਦੇ
ਹਜ਼ਾਰਾਂ ਸਾਥੀ ਮਾਰੇ ਗਏ ਨੇ, ਸ਼ਹੀਦੀਆਂ ਪਾ ਗਏ ਨੇ। ਸਰੀਰੰ ਤਜੈਂਗੇ ਸਹੈ ਖਗ ਧਾਰਾ, ਆਪਣੇ ਸਰੀਰਾਂ ਤੇ ਤਲਵਾਰਾਂ ਦੇ ਵਾਰ ਝੱਲ ਕੇ ਇਸੇ ਰਣ ਭੂਮੀ ਵਿਚ ਆਪਣੇ ਸਰੀਰ ਤਿਆਗ ਦੇਵਾਂਗੇ, ਪਰ ਜਿਉਂਦੇ ਤਾਂ ਪਰਤਾਂਗੇ ਜੇ ਗੁਰੂ ਨੂੰ ਮਾਰ ਕੇ ਜਾਂ ਪਕੜ ਕੇ ਲੈ ਕੇ ਜਾਵਾਂਗੇ। ਇਹ ਬਾਤ ਆਛੇ ਲੱਲਾ ਬੇਗ ਮਾਨੇ, ਫੈਜ਼ ਖਾਂ ਦੀਆਂ ਗੱਲਾਂ ਲੱਲਾ ਬੇਗ ਨੇ ਸੁਣੀਆਂ। ਉਹਨੇ ਆਖਿਆ, ਹਾਂ ਫੈਜ਼ ਖਾਂ, ਇਹੀ ਗੱਲ ਤੇਰੀ ਚੰਗੀ ਤੇ ਭਲੀ ਤੇ ਪਤੇ ਦੀ ਟਿਕਾਣੇ ਦੀ ਹੈ। ਚੱਲਿਓ ਸਮੋਹੇ ਜੰਗ ਕਹੇ ਤੇ ਮਾਨੇ, ਲੱਲਾ ਬੇਗ ਮਾਨੀ ਬਣ ਕੇ ਹੰਕਾਰੀ ਬਣ ਕੇ ਉਸ ਵੇਲੇ ਬੜੀ ਹੈਂਕੜ ਨਾਲ ਆਪਣੇ ਸਾਥੀਆਂ ਦੀ ਅੱਲਾ ਸ਼ੇਰੀ ਨੂੰ ਸੁਣ ਕੇ ਬਲਵਾਨ ਬਣ ਕੇ ਧੀਰਜੀ ਬਣ ਕੇ ਚੱਲਿਆ ਹੈ। ਰਾਜਾ ਸੰਗ ਧੌਂਸਾ ਜੋ ਜਾਊ ਬਡੇਰਾ, ਇਹਦੇ ਨਾਲ ਇਹਦੇ ਧੌਂਸੇ ਨਗਾਰੇ ਵੱਜਦੇ ਜਾ ਰਹੇ ਨੇ, ਜੁਝਾਰੂ ਨਾਦ ਵੱਜਦੇ ਜਾ ਰਹੇ ਨੇ, ਨਫੀਰੀਆਂ ਤੇ ਰਣ ਸਿੰਘੇ ਵੱਜ ਰਹੇ ਨੇ। ਨਾਰਾ ਬੇਰ ਦੋ ਚਾ ਬਠਾਨੇ ਕਨੇਰਾ, ਦੋਰੀਆਂ ਚੋਭਾਂ ਲਾਈਆਂ ਗਈਆਂ ਨੇ ਨਗਾਰੇ ਦੇ ਉੱਤੇ, ਲੱਲਾ ਬੇਗ ਦੇ ਨਗਾਰੇ ਤੇ ਦੋਰੀਆਂ ਚੋਭਾਂ ਨੂੰ ਸੁਣ ਕੇ ਚਾਹ ਦੇ ਨਾਲ ਇਹਦੇ ਸੂਰਮੇ ਉਤਸ਼ਾਹ ਦੇ ਨਾਲ ਵੱਧਦੇ ਹਨ। ਹਕ ਬਾਜੇ ਲਖੇ ਪ੍ਰਾਣ ਅੰਤਾ, ਔਰ ਇਹ ਜਾਣਦੇ ਨੇ ਕਿ ਸਾਡੇ ਪ੍ਰਾਣਾਂ ਦਾ ਹੁਣ ਅੰਤ ਹੈ, ਹੁਣ ਸਾਡੇ ਪ੍ਰਾਣਾਂ ਦਾ ਅੰਤਲਾ ਸਮਾਂ ਆ ਪਹੁੰਚਿਆ ਹੈ। ਆਪਣੇ ਘੋੜਿਆਂ ਨੂੰ ਹੱਕ ਕੇ ਅੱਗੇ ਲੈ ਕੇ ਜਾਂਦੇ ਹਨ। ਜਾਣੇ ਉਪਰ ਆਜ ਕੋ ਬਚੰਤਾ, ਇਹ ਨਹੀਂ ਹੁਣ ਜਾਣਦੇ ਕਿ ਅੱਜ ਕੌਣ ਬਚੇਗਾ ਤੇ ਕੌਣ ਮਾਰਿਆ ਜਾਏਗਾ। ਸਮੂਹ ਤੁੰਦ ਤਾਜੇ ਕੋਦਾ, ਆਪਣੇ ਤੇਜ ਘੋੜਿਆਂ ਨੂੰ ਇਹਨਾਂ ਨੇ ਬੜੀ ਬਲਵਾਨਤਾ ਦੇ ਨਾਲ ਸੂਰਮਤਾਈ ਦੇ ਨਾਲ ਕੁਦਾਇਆ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਫੌਜ ਦੇ ਸਾਹਮਣੇ ਆ ਪਹੁੰਚੇ ਹਨ। ਚਾਹੇ ਸ਼ਸਤਰ ਤੇਖੇ ਤੋਂ ਫੰਗੰ ਚਲਾਏ, ਸ਼ਸਤਰ ਵਹਿਣ ਲੱਗ ਪਏ ਨੇ। ਜਦੋਂ ਆਹਮੋ ਸਾਹਮਣੇ ਹੋਏ ਤੇ ਅਨੇਕਾਂ ਬੰਦੂਕਾਂ ਦੀਆਂ ਗੋਲੀਆਂ ਦਾਗੀਆਂ ਗਈਆਂ, ਬੰਦੂਕਾਂ ਦੇ ਵਿੱਚੋਂ ਗੋਲੀਆਂ ਛੁੱਟਣ ਲੱਗੀਆਂ। ਚਾਂਪਲੇ ਨੇ ਸੋ ਬਾਨੰ ਸੰਧਾਨੇ, ਕਈਆਂ ਨੇ ਕਮਾਣ ਲਏ ਨੇ, ਕਮਾਣਾਂ ਦੇ ਤੰਦੀਆਂ ਦੇ ਉੱਤੇ ਚਿਲਿਆਂ ਦੇ ਉੱਤੇ ਤੀਰ ਚਾੜੇ ਨੇ, ਕੰਨਾਂ ਤੱਕ ਖਿੱਚ ਕਰਕੇ ਦੇਹੀ ਨੇ ਜੇ ਕੇ ਸਾਗੰ ਮਹਾਨੇ, ਔਰ ਉਹਨਾਂ ਤੀਰਾਂ ਨੂੰ ਚਲਾਉਂਦੇ ਨੇ। ਕਈਆਂ ਦੇ ਹੱਥਾਂ ਵਿੱਚ ਨੇਜੇ ਨੇ, ਕਈਆਂ ਦੇ ਬਰਛੇ ਤੇ ਬਰਛੀਆਂ ਨੇ, ਦੂਰੋਂ ਵਗਾ ਕੇ ਬੜੇ ਜ਼ੋਰ ਨਾਲ ਨੇਜੇ ਤੇ ਬਰਛੀਆਂ ਦੇ ਵਾਰ ਕਰਦੇ ਨੇ। ਯੋਧਿਆਂ ਦਾ ਆਪਸੀ ਮੇਲ ਹੋਇਆ, ਭੇੜ ਹੋਇਆ ਹੈ। ਨਹੀਂ ਜਾਣਦੀ ਜੈ ਗਹੁੰ ਕੈ ਪ੍ਰਹਾਰ, ਕਲਗੀ ਧਰ ਜੀ ਦੇ ਬਚਨ ਨੇ, ਪਹਿਲਾਂ ਦਲਾਂ ਮਿਲੰਦਿਆਂ ਭੇੜ ਪਿਆ ਨਿਹੰਗਾਂ। ਕਹਿੰਦੇ ਇਸ ਪ੍ਰਕਾਰ ਨਾਲ ਆਹਮੋ ਸਾਹਮਣੇ ਹੋ ਕਰਕੇ ਸੂਰਮੇ ਜੁੱਟ ਗਏ ਨੇ, ਲੜਨ ਲੱਗੇ ਨੇ, ਇੱਕ ਦੂਜੇ ਨੂੰ ਜਾਣ ਨਹੀਂ ਦਿੰਦੇ। ਗੁਰੂ ਸੂਰ ਠਾਂਡੇ ਪੇਖੇ ਸ਼ਤਰ ਆਏ, ਸਤਿਗੁਰੂ ਸੱਚੇ ਪਾਤਸ਼ਾਹ ਦੇ ਸੂਰਮਿਆਂ ਬਹਾਦਰਾਂ ਯੋਧਿਆਂ ਨੇ ਵੇਖਿਆ ਕਿ ਦੁਸ਼ਮਣ ਦਾ ਰਹਿੰਦਾ ਹੋਇਆ ਦਲ ਸਾਰਾ ਉਮੜ ਕੇ ਆ ਪਹੁੰਚਿਆ ਲੱਲਾ ਬੇਗ ਦੀ ਅਗਵਾਈ ਵਿੱਚ। ਨਹੀਂ ਭਾਜ ਤੇ ਪ੍ਰਾਣ ਚਾਹੇ ਖਪਾਏ, ਭੱਜ ਕੇ ਨਹੀਂ ਜਾਂਦੇ ਇਹ, ਰਣ ਭੂਮੀ ਛੱਡ ਕੇ ਨਹੀਂ ਜਾਂਦੇ। ਇਹ ਉਹ ਸੂਰਮੇ ਨੇ ਲੱਲਾ ਬੇਗ ਦੇ ਨਾਲ ਚੜ ਕੇ ਆ ਰਹੇ ਜਿਹੜੇ ਆਪਣੇ ਪ੍ਰਾਣਾਂ ਦਾ ਅੰਤ ਚਾਹੁੰਦੇ ਨੇ, ਇਹ ਮਰਨ ਵਾਸਤੇ ਰਣ ਭੂਮੀ ਵਿੱਚ ਵੱਧਦੇ ਆ ਰਹੇ ਹਨ। ਬੜੀ ਚੁੰਗ ਬੰਦੇ ਮਿਲੇ ਨੇ ਰਕੀਨੇ, ਚੁੰਗ ਬੰਨ ਕੇ ਟੋਲੇ ਬੰਨ ਕੇ ਆਪਣੇ ਸਮੂਹਾਂ ਦਾ, ਜਿਵੇਂ
ਇੱਕ ਪ੍ਰਕਾਰ ਦੇ ਨਾਲ ਘੇਰਾਬੰਦੀ ਜੀ ਕਰਕੇ ਵੱਧਦੇ ਆ ਰਹੇ ਹਨ। ਫੰਗਾਨ ਗੋਰੇ ਤਬੈ ਛੋਰ ਦੇਨੇ, ਸਤਿਗੁਰਾਂ ਦੇ ਸੂਰਮਿਆਂ ਨੇ ਵੀ ਬੰਦੂਕਾਂ ਚ ਪਾ ਪਾ ਦੋ ਗੋਲੀਆਂ ਬਰੂਦ ਪਾ ਕੇ ਠੋਕ ਕੇ ਗਜਾਂ ਦੇ ਨਾਲ ਪਲੀਤੇ ਤੁਖਾਏ ਤੇ ਗੋਲੀਆਂ ਦਾਗੀਆਂ ਹਨ। ਔਰ ਤੇ ਭੇੜ ਮਾਚੋ ਦੋਹੇਲਾ, ਇਹਦਾ ਦੋਹਾਂ ਪਾਸਿਓ ਬੜਾ ਦੁਖਦਾਈ ਦੋਹੇਲਾ ਕਹਿੰਦੇ ਨੇ, ਦੁਖਦਾਈ ਨੂੰ ਬੜਾ ਦੁਖਦਾਈ ਭੇੜ ਮਚਿਆ, ਦੋਹਾਂ ਪਾਸਿਓ ਬੜਾ ਦੁਖਦਾਈ ਭੇੜ ਹੋਇਆ। ਸਟਾ ਸਾਟ ਸੇਲੇ ਭਏ ਰੇਲ ਪੇਲਾ, ਸਟਾ ਸੱਟ ਬੜੀ ਛੇਤੀ ਦੇ ਨਾਲ ਸੇਲੇ ਚੱਲੇ ਨੇ, ਬਰਛੇ ਚੱਲੇ ਨੇ, ਇੱਕ ਦੂਜੇ ਨੂੰ ਧੱਕ ਕੇ ਅੱਗੇ ਲਿਜਾਣਾ ਚਾਹੁੰਦੇ ਨੇ ਸੂਰਮੇ। ਚੱਲੇ ਤੀਰ ਤਿੱਖੇ ਲਗੇ ਅੰਗ ਗਾਡੇ, ਤਿੱਖੇ ਤਿੱਖੇ ਤੀਰ ਚੱਲਦੇ ਨੇ ਜਿਹੜੇ ਸੂਰਮਿਆਂ ਦੇ ਅੰਗਾਂ ਨੂੰ ਜਾ ਕੇ ਵੱਜਦੇ ਨੇ, ਔਰ ਅੰਗਾਂ ਨੂੰ ਪਾੜ ਕੇ ਚੀਰ ਕੇ ਤੀਰ ਪਾਰ ਨਿਕਲਦੇ ਹਨ। ਛੋਟੇ ਸਰੋਣ ਚੱਲੇ ਉਹ ਮਹਾਰੋਸ ਬਾਡੇ, ਔਰ ਜਦੋਂ ਤੀਰ ਵੱਜਦੇ ਨੇ ਕਈ ਸੂਰਮੇ ਵੱਜੇ ਹੋਏ ਤੀਰਾਂ ਨੂੰ ਜਦੋਂ ਪੁੱਟਦੇ ਨੇ ਸਰੀਰ ਦੇ ਵਿੱਚੋਂ ਖੂਨ ਦੀਆਂ ਤਤੀਰੀਆਂ ਤੇ ਪਤਨਾਲੇ ਵਹਿ ਟੁਰਦੇ ਹਨ। ਚੱਲੇ ਆਏ ਸੂਬੇ ਮੇਲੇ ਤੁੰਡ ਨੇੜੇ, ਔਰ ਇਸ ਪ੍ਰਕਾਰ ਨਾਲ ਸੂਬੇ ਨੇੜੇ ਆ ਪਹੁੰਚਿਆ, ਲੱਲਾ ਬੇਗ ਨੇੜੇ ਆ ਪਹੁੰਚਿਆ, ਬੜਾ ਭਿਆਨਕ ਤੁੰਡ ਮੇਲ ਕੇ ਜੰਗ ਹੋਣ ਲੱਗਾ ਹੈ। ਆਪੋ ਆਪ ਮੈਂ ਜੰਗ ਮਾਚੰਤ ਹੇਰੇ, ਆਪੋ ਆਪ ਦੇ ਵਿੱਚ ਬੜਾ ਭਿਆਨਕ ਜੰਗ ਮਚਿਆ ਵੇਖਦੇ ਹਨ। ਭਰੀ ਕੂਕ ਭਾਰੀ ਸੁਣੇ ਦੂਰ ਜੋਏ, ਹਲਾਹੂਲ ਦੀ ਆਵਾਜ਼ ਰਣ ਭੂਮੀ ਵਿੱਚ ਸੁਣਾਈ ਦਿੰਦੀ ਹੈ, ਮਾਰ ਦਿਓ ਮਾਰ ਦਿਓ, ਬਸ ਇਹੀ ਆਵਾਜ਼ ਦੂਰ ਤੱਕ ਸੁਣਾਈ ਦਿੰਦੀ ਹੈ, ਕੂਕਾਂ ਸੁਣਾਈ ਦਿੰਦੀਆਂ ਹਨ। ਲੱਗੇ ਛੋਟ ਗੋਰੇ ਤਜੇ ਪ੍ਰਾਣ ਕੋਏ, ਜਦੋਂ ਗੋਲੀਆਂ ਛੁੱਟ ਕੇ ਜਾਂਦੀਆਂ ਬੰਦੂਕਾਂ ਚ ਆਖਿਰਕਾਰ ਕਿਸੇ ਨਾ ਕਿਸੇ ਨੂੰ ਤੇ ਵੱਜਦੀਆਂ, ਸਾਰੀਆਂ ਤਾਂ ਨੀ ਖਾਲੀ ਜਾਂਦੀਆਂ, ਜਿਹਨੂੰ ਵੱਜਦੀਆਂ ਨੇ ਜਾ ਕੇ ਉਹ ਗੋਲੀਆਂ ਉਹਨਾਂ ਦੇ ਅੰਗਾਂ ਨੂੰ ਤੋੜ ਕੇ ਸੁੱਟ ਦਿੰਦੀਆਂ ਹਨ। ਹਾਂ ਹਾਂ ਯੁੱਧ ਮਾਚੇ ਉਹ ਗੁਰੂ ਜੀ ਆਨੰਦ, ਪੂਰਾ ਘਮਾਸਾਨ ਜੰਗ ਮਚ ਗਿਆ, ਜੰਗ ਮਚਿਆ ਹੋਇਆ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਆਨੰਦ ਵਿੱਚ ਆਏ, ਮਹਾਰਾਜ ਜੀ ਬੜੇ ਪ੍ਰਸੰਨ ਹੋਏ ਜਦੋਂ ਪੂਰਾ ਜੰਗ ਮਚ ਗਿਆ। ਲਿਓ ਚਾਂਪ ਗਾਡੋ ਤਜੇ ਤੀਰ ਬ੍ਰਿੰਦ, ਗੁਰਦੇਵ ਨੇ ਆਪਣੇ ਮੋਢੇ ਤੋਂ ਤਨਖ ਲਾਇਆ, ਆਪਣੇ ਪੱਥੇ ਦੇ ਵਿੱਚੋਂ ਮਹਾਰਾਜ ਜੀ ਨੇ ਚਾਰ ਉਂਗਲ ਚੌੜਾ ਖਪਰਾ ਤੀਰ ਕੱਢਿਆ। ਜੋ ਦੱਸੋ ਜੰਗ ਕਿਨੇ ਬੜੇ ਰਹੇ, ਗੁਰਦੇਵ ਨੇ ਤੰਦੀ ਤੇ ਚਾੜ ਕੇ ਤੀਰ ਛੱਡਣੇ ਸ਼ੁਰੂ ਕੀਤੇ ਨੇ, ਅਨੇਕਾਂ ਨੂੰ ਵਿੰਨਿਆ ਅਨੇਕਾਂ ਨੂੰ ਮਾਰਿਆ। ਲਾਗੇ ਰਾਏ ਜੋਧ ਖੜਾ ਸੀ, ਜੋਧ ਰਾਏ ਨੂੰ ਮਹਾਰਾਜ ਜੀ ਕਹਿੰਦੇ, ਜੋਧ ਰਾਏ ਤੂੰ ਸਾਰੀ ਰਾਤ ਹੋ ਗਿਆ ਲੜ ਰਿਹਾ, ਤੂੰ ਬੜੀ ਸੂਰਮਤਾਈ ਨਾਲ ਬੜੀ ਬਹਾਦਰੀ ਨਾਲ ਲੜਿਆ ਹੈ। ਨਹੀਂ ਅਗਰ ਜਾਵੋ ਪੇਖੋ ਬੀਰ ਭੇਰ, ਰਾਏ ਹੁਣ ਤੂੰ ਅੱਗੇ ਨਹੀਂ ਜਾਣਾ, ਤੂੰ ਇੱਥੇ ਖਲੋ ਕਰਕੇ ਬਸ ਸੂਰਮਿਆਂ ਦਾ ਭੇੜ ਵੇਖਣਾ, ਹੁਣ ਤੂੰ ਅੱਗੇ ਨਹੀਂ ਵਧਣਾ। ਵੱਡੀ ਰਾਤ ਕੇ ਬ੍ਰਿੰਦ ਬੈਰੇ ਨਰੰਤੇ, ਵੱਡੀ ਰਾਤ ਤੋਂ ਵੈਰੀ ਦੁਸ਼ਮਣ ਲੜ ਰਹੇ ਨੇ ਤੇ ਤੂੰ ਉਹਨਾਂ ਦਾ ਮੁਕਾਬਲਾ ਸਾਰੀ ਰਾਤ ਤੋਂ ਕਰਦਾ ਆ ਰਿਹਾ। ਖਪਾਏ ਘਨੇ ਮਾਰ ਦਰੋਹੇ ਦੁਰੰਤੇ, ਅਨੇਕਾਂ ਦਰੋਹੀਆਂ ਨੂੰ ਅਨੇਕਾਂ ਦੁੱਖ ਦੇਣ ਵਾਲੇ ਨਾ ਮਲੇਛਾਂ ਨੂੰ ਤੂੰ ਰਣ ਭੂਮੀ ਵਿੱਚ ਮਾਰ ਮੁਕਾਇਆ ਜੋਧ ਰਾਏ। ਛੋਟੇ ਤੀਰ ਗੋਰੇ ਬਚਾਵੋ ਸਰੇਰੰ, ਹੁਣ ਉਧਰੋਂ ਗੋਲੀਆਂ ਚੱਲ ਰਹੀਆਂ ਨੇ, ਤੀਰ ਚੱਲ ਰਹੇ ਨੇ, ਜੋਧ ਰਾਏ ਤੂੰ ਅੱਗੇ ਨਹੀਂ ਜਾਣਾ, ਤੂੰ ਆਪਣਾ ਸਰੀਰ ਬਚਾਉਣਾ ਹੈ। ਅੰਤ ਸੁਤਰੋਂ ਜੀਤੇ ਸੋ ਧੀਰ, ਬਸ ਹੁਣ ਤਾਂ ਦੁਸ਼ਮਣਾਂ ਦਾ ਅੰਤਲਾ ਸਮਾਂ ਹੈ,
ਹੁਣ ਤਾਂ ਆਪਾਂ ਰਣ ਭੂਮੀ ਦੇ ਵਿੱਚ ਜਿੱਤ ਪ੍ਰਾਪਤ ਕਰ ਹੀ ਲਈ ਹੈ। ਮਾਨੋ ਗੁਰੂ ਬੈਨ ਮਾਨਿਓ ਅਮੋਰੰ ਪਛਾਨਿਓ। ਰਾਏ ਅੱਗੇ ਜਾਣਾ ਚਾਹੁੰਦਾ ਸੀ ਪਰ ਸਤਿਗੁਰਾਂ ਨੇ ਰੋਕ ਦਿੱਤਾ ਤੇ ਸਤਿਗੁਰਾਂ ਦੇ ਬਚਨਾਂ ਨੂੰ ਅਮੋੜ ਕਰਕੇ ਰਾਏ ਜੋਧ ਨੇ ਸਤ ਕਰਕੇ ਮੰਨਿਆ, ਪ੍ਰਵਾਨ ਕੀਤਾ। ਕਰਿਓ ਭੀਮ ਜੋਧੰ ਦਲੰ ਪੂਰ ਹਨਿਓ। ਆਪਣੇ ਸਾਥੀਆਂ ਨੂੰ ਅੱਗੇ ਭੇਜ ਦਿੱਤਾ ਪਰ ਜੋਧ ਰਾਏ ਅੱਗੇ ਨਹੀਂ ਗਿਆ, ਆਪ ਪਿੱਛੇ ਖਲੋਤਾ ਰਿਹਾ। ਸੂਰਮਿਆਂ ਨੇ ਬੜਾ ਭਿਆਨਕ ਯੁੱਧ ਕੀਤਾ, ਬਹੁਤ ਸਾਰੇ ਸੂਰਮਿਆਂ ਦਲ ਦੇ ਸੂਰਮੇ ਜਿਹੜੇ ਸਨ ਰਣ ਭੂਮੀ ਵਿੱਚ ਮਾਰੇ ਗਏ। ਅੰਗ ਮੈਂ ਘਾਵ ਲਾਗੇ ਦੇਖੰਤੇ। ਜੋਧ ਰਾਏ ਦਾ ਸਰੀਰ ਜ਼ਖਮੀ ਹਾਲਤ ਵਿੱਚ ਸੀ, ਆਖਿਰਕਾਰ ਸਾਰੀ ਰਾਤ ਲੜਦਾ ਰਿਹਾ। ਦੁਸ਼ਮਣਾਂ ਵੱਲੋਂ ਚਲਾਏ ਹਥਿਆਰ ਜੋਧ ਰਾਏ ਨੂੰ ਵੀ ਤਾਂ ਵੱਜੇ ਹੋਣਗੇ। ਜੋਧ ਰਾਏ ਦੇ ਸਰੀਰ ਤੇ ਕਈ ਜ਼ਖਮ ਨੇ, ਕਈ ਫੱਟ ਲੱਗੇ ਹੋਏ ਨੇ, ਸਰੀਰ ਦੇ ਪਾਏ ਹੋਏ ਕੱਪੜੇ ਲਹੂ ਨਾਲ ਭਿੱਜੇ ਹੋਏ ਨੇ। ਘੋੜੇ ਦਾ ਘੋੜਾ ਵੀ ਬਿਲਕੁਲ ਥੱਕ ਚੁੱਕਾ ਸੀ ਜੋਧ ਰਾਏ ਦਾ ਰਣ ਭੂਮੀ ਵਿੱਚ ਲੜਦਿਆਂ ਲੜਦਿਆਂ, ਆਪ ਵੀ ਕਾਫੀ ਥੱਕਿਆ ਹੋਇਆ ਸੀ। ਚੰਦ ਚਾਹੇ ਬਾਰੋਂ ਸੁਤਰ ਮੱਤ। ਇਸੇ ਕਰਕੇ ਮਹਾਰਾਜ ਜੀ ਨੇ ਜੋਧ ਰਾਏ ਨੂੰ ਰੋਕ ਦਿੱਤਾ ਹੈ। ਮਹਾਰਾਜ ਜੀ ਨੂੰ ਪਤਾ ਸੀ ਮੇਰਾ ਸੂਰਮਾ ਹੁਣ ਲੜਨ ਦੀ ਹਾਲਤ ਵਿੱਚ ਨਹੀਂ ਹੈ। ਤੋ ਲਾਗੇ ਬਾਬਾ ਬਿਧੀ ਚੰਦ ਸਾਹਿਬ ਜੀ ਖੜੇ ਸਨ। ਬਾਬਾ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਨੇ ਬੇਨਤੀ ਕੀਤੀ, ਮਹਾਰਾਜ ਮੈਨੂੰ ਆਗਿਆ ਦਿਓ, ਮੈਂ ਜਾ ਕੇ ਦੁਸ਼ਮਣ ਦੇ ਦਲ ਦੇ ਵਿੱਚ ਜਾ ਕੇ ਪ੍ਰਵੇਸ਼ ਕਰਕੇ ਇੱਕੋ ਵਾਰ ਇਹਨਾਂ ਸਾਰਿਆਂ ਦੁਸ਼ਮਣਾਂ ਨੂੰ ਮਾਰ ਮੁਕਾਵਾ। ਗੁਰੂ ਜੀ ਨੇ ਵਾਰਿਓ ਉਚਾਰਿਓ ਥਰੀ ਜੈ। ਮਹਾਰਾਜ ਜੀ ਨੇ ਵਰਜ ਦਿੱਤਾ, ਆਖਿਆ ਨਹੀਂ ਬਿਧੀ ਚੰਦ, ਹੁਣ ਤੁਸੀਂ ਨਹੀਂ ਜਾਣਾ ਜੰਗ ਦੇ ਮੈਦਾਨ ਵਿੱਚ, ਹੁਣ ਤੁਸੀਂ ਅੱਗੇ ਨਹੀਂ ਜਾਣਾ। ਲਗੇ ਘਾਵ ਅੰਗੰ ਸ਼ਰਮੰ ਜਾਨ ਲੈ ਜਾ। ਨਾਲੇ ਬਿਧੀ ਚੰਦ ਜੀ ਤੁਹਾਡਾ ਸਰੀਰ ਜ਼ਖਮੀ ਹੈ, ਬਾਬਾ ਜੀ ਨੂੰ ਵੀ ਫੱਟ ਵੱਜੇ ਸਨ, ਸ਼ਸਤਰ ਵੱਜੇ ਸਨ। ਆਖਿਆ ਬਿਧੀ ਚੰਦ ਜੀ ਤੁਹਾਡਾ ਸਰੀਰ ਫੱਟੜ ਹੈ, ਤੁਸੀਂ ਨਹੀਂ ਜਾਣਾ, ਨਾਲੇ ਤੁਹਾਡੇ ਸਰੀਰ ਦੇ ਉੱਤੇ ਜ਼ਖਮ ਨੇ, ਦੂਜਾ ਤੁਸੀਂ ਲੜ ਰਹੇ ਹੋ ਰਾਤ ਤੋਂ, ਤੁਹਾਡਾ ਸਰੀਰ ਵੀ ਥੱਕਿਆ ਹੈ। ਅਬੈ ਅੰਤ ਕੋ ਯੁੱਧ ਦੇਖੋ ਹਮਾਰਾ। ਹੁਣ ਅੰਤਲਾ ਯੁੱਧ ਹੈ ਔਰ ਇਸ ਅੰਤਲੇ ਯੁੱਧ ਨੂੰ ਹੁਣ ਅਸੀਂ ਆਪ ਜਾ ਕੇ ਲੜਾਂਗੇ, ਤੁਸੀਂ ਇੱਥੇ ਖਲੋ ਕੇ ਵੇਖੋ, ਹੁਣ ਇਹ ਯੁੱਧ ਅਸੀਂ ਆਪ ਲੜਾਂਗੇ, ਇਹ ਅੰਤਲਾ ਹੱਲਾ ਅਸੀਂ ਆਪ ਵੈਰੀ ਦਾ ਸਹਾਰਾਂਗੇ। ਲੱਲਾ ਬੇਗ ਕੇ ਸਾਥ ਖਗਨ ਪ੍ਰਹਾਰਾ। ਉਦੋਂ ਲੱਲਾ ਬੇਗ ਦੇ ਮਨ ਚ ਰੀਝ ਹੈ ਸਾਡੇ ਨਾਲ ਦੋ ਹੱਥ ਕਰਨ ਦੀ, ਤੇ ਸਾਡੀ ਬਿਰਤੀ ਹੈ ਬਿਧੀ ਚੰਦ ਕਿ ਜਿਹੜਾ ਕੋਈ ਸਾਡੇ ਕੋਲ ਕਾਮਨਾ ਲੈ ਕੇ ਆਉਂਦਾ ਅਸੀਂ ਉਹਦੀ ਕਾਮਨਾ ਪੂਰੀ ਕਰਦੇ ਹਾਂ। ਲੱਲਾ ਬੇਗ ਦੀ ਕਾਮਨਾ ਸਾਡੇ ਨਾਲ ਲੜਨਾ ਚਾਹੁੰਦਾ, ਦੋ ਹੱਥ ਕਰਨਾ ਚਾਹੁੰਦਾ, ਤਲਵਾਰ ਤੇ ਢਾਲ ਦੇ ਵਾਰ ਕਰਨਾ ਚਾਹੁੰਦਾ, ਤੇ ਅਸੀਂ ਉਹਦੀ ਇੱਛਾ ਨਾ ਪੂਰੀ ਕਰੀਏ ਗੱਲ ਨਹੀਂ ਬਣਦੀ, ਇਸ ਕਰਕੇ ਅਸੀਂ ਖੁਦ ਜਾਵਾਂਗੇ ਲੱਲਾ ਬੇਗ ਦੇ ਨਾਲ, ਤਲਵਾਰ ਢਾਲ ਦਾ ਵਾਰ ਕਰਕੇ ਉਹਦੇ ਨਾਲ ਜੰਗ ਕਰਾਂਗੇ। ਜਿੰਨੀ ਬਾਦਸ਼ਾਹ ਦੀ ਫੌਜ ਜਿਹੜੀ ਯੋਧਿਆਂ ਦੀ ਫੌਜ ਕਹਾਉਂਦੀ ਹੈ, ਇਹੋ ਜੀ ਮਾਰ ਮਚੇਗੀ ਸਾਡੀ ਕਿ ਇਹਨਾਂ ਵਿੱਚੋਂ ਕੋਈ ਵੀ ਜਿਉਂਦਾ ਬਾਕੀ ਨਹੀਂ ਜਾਵੇਗਾ। ਬਿਧੀ ਚੰਦ ਜਦੋਂ ਮਹਾਰਾਜ ਜੀ ਨੇ ਬਿਧੀ ਚੰਦ ਤੇ ਰਾਏ ਜੋਧ ਦੋਨਾਂ ਨੂੰ ਵਰਜ ਦਿੱਤਾ ਤੇ ਉਸ ਵਕਤ ਜੋਧ ਰਾਏ ਤੇ ਬਾਬਾ ਬਿਧੀ ਚੰਦ ਨੇ ਹੱਥ ਜੋੜ ਕੇ ਮਹਾਰਾਜ ਜੀ ਨੂੰ ਕਿਹਾ, ਸਮੰਗ ਆਪ ਤੇ ਕੌਣ ਹੋਏ ਹੈ ਅਰਕੈ। ਆਖਿਆ ਮਹਾਰਾਜ ਤੁਹਾਡੇ ਬਰਾਬਰ ਕਿਹੜਾ ਇਹੋ ਜਿਹਾ ਬਲਵਾਨ ਆ ਜਿਹੜਾ ਤੁਹਾਡੇ ਸਾਹਮਣੇ ਖਲੋ ਕੇ ਅੜ ਸਕੇ, ਕਿਹਦੇ ਵਿੱਚ ਇੰਨੀ ਤਾਕਤ ਹੈ, ਕਿਹੜਾ ਏਡਾ ਬਹਾਦਰ ਯੋਧਾ ਹੈ ਜਿਹੜਾ ਤੁਹਾਡੇ ਸਾਹਮਣੇ ਆ ਕੇ ਅੜ ਸਕੇ। ਨਹੀਂ ਦੇਵਤਾ ਤੰ ਮੈਂ ਬੋਰ ਕੋਈ। ਮਹਾਰਾਜ 33 ਕਰੋੜ
ਤੇ ਨਾ ਸਾਰਿਆਂ ਦਾਨਵਾਂ ਰਾਖਸ਼ਾਂ ਵਿੱਚ ਕੋਈ ਇਹੋ ਜਿਹਾ ਰਾਖਸ਼ ਹੋਣਾ ਜਿਹੜਾ ਤੁਹਾਡੇ ਸਾਹਮਣੇ ਆ ਕੇ ਖਲੋ ਕੇ ਅੜ ਕੇ ਲੜ ਸਕੇ। ਕਹਾਂ ਬਾਪ ਰੇ ਮਨੁੱਖਾ ਜੂਨ ਜੇ, ਸਾਰੇ ਮਨੁੱਖ ਨੇ ਸਧਾਰਨ ਜੇ ਕੀ ਲੜਨਗੇ ਤੁਹਾਡੇ ਸਾਹਮਣੇ ਤਾਂ ਮਹਾਰਾਜ 33 ਕਰੋੜ ਦੇਵਤਿਆਂ ਦਾ ਰਾਜਾ ਇੰਦਰ ਆ ਕੇ ਨਹੀਂ ਲੜ ਸਕਦਾ, ਦਾਨਵ ਨਹੀਂ ਆ ਕੇ ਲੜ ਸਕਦੇ, ਇਹ ਤਾਂ ਸਧਾਰਨ ਜੇ ਬੰਦੇ ਨੇ ਮਾਨਵ ਨੇ, ਇਹ ਭਲਾ ਕੀ ਆ ਕੇ ਤੁਹਾਡੇ ਨਾਲ ਲੜਨਗੇ। ਜੇ ਤੁਸੀਂ ਕਹੋ ਤੇ ਇੱਕੋ ਵਾਰ ਦੇ ਨਾਲ ਤਿੰਨਾਂ ਲੋਕਾਂ ਦਾ ਤੁਸੀਂ ਨਾਸ ਕਰ ਸਕਦੇ ਹੋ, ਇੱਕ ਵਾਰ ਕਰ ਦਿਓ ਬਸ, ਤਲਵਾਰ ਚੁੱਕਣੀ ਹੈ ਆਪ ਜੀ ਨੇ ਔਰ ਕਹਿਣਾ ਬਿਨਸ ਜਾਏ, ਬਸ ਇਹ ਕਹਿਣ ਦੀ ਦੇਰੀ ਹੈ ਤੇ ਸਭ ਕੁਝ ਬਿਨਸ ਸਕਦਾ ਹੈ। ਜਬਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹੇ ਅਪਾਰਾ, ਜਾਬਾ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹੇ ਧਰ ਸਭ ਹੂੰ। ਮਹਾਰਾਜ ਜੇ ਤੁਸੀਂ ਚਾਹੋ ਤੇ ਤਲਵਾਰ ਦਾ ਵਾਰ ਹੀ ਕਰਨਾ, ਬਸ ਚੁੱਕਣਾ ਹੀ ਹੈ ਤਲਵਾਰ ਨੂੰ ਤੇ ਕਹਿਣਾ ਬਿਨਸ ਜਾਏ, ਬਸ ਇੰਨੇ ਕਹਿਣ ਨਾਲ ਤ੍ਰਿਲੋਕੀ ਬਿਨ ਸਕਦੀ ਹੈ। ਰਚੋ ਫਿਰ ਤੈਸੇ ਕਰੇ ਮੂੜ ਸੰਸੋ, ਔਰ ਮਹਾਰਾਜ ਜੇ ਚਾਹੋ ਤੇ ਵਿਨਾਸ਼ ਕਰਕੇ ਮੁੜ ਕੇ ਫੇਰ ਰਚ ਦਿਓ, ਰਚਣ ਵੇਲੇ ਵੀ ਤੁਹਾਨੂੰ ਦੇਰੀ ਨਹੀਂ ਲੱਗਣੀ ਤੇ ਵਿਨਾਸ਼ ਕਰਦਿਆਂ ਵੀ ਦੇਰੀ ਨਹੀਂ ਲੱਗਣੀ, ਜੇ ਚਾਹੋ ਤੇ ਰਚਣ ਵੇਲੇ ਵੀ ਦੇਰੀ ਨਾ ਲਾਓ, ਉਹ ਮਹਾਂਮੂਰਖ ਹੀ ਹੋਵੇਗਾ ਜਿਹੜਾ ਤੁਹਾਡੀ ਕਰਨੀ ਤੇ ਇਹੋ ਜਿਹੀ ਕਰਨੀ ਤੇ ਕੋਈ ਸੰਸਾ ਕਰੇ ਕਿ ਤੁਸੀਂ ਐਸਾ ਨਹੀਂ ਕਰ ਸਕੋਗੇ। ਸਭ ਤੋਂ ਵੱਡਾ ਮਹਾਂਮੂਰਖ ਹੋਵੇਗਾ ਜਿਹੜਾ ਆਪ ਜੀ ਦੀ ਇਸ ਕਰਨੀ ਤੇ ਸੰਸਾ ਕਰੇ। ਇਤੋ ਬੋਲਤੇ ਆਪ ਮਾਹੀ ਕਿਰਪਾਲਾ, ਇਹ ਤਾਂ ਗੱਲਾਂ ਕਰ ਰਹੇ ਸਨ ਮਹਾਰਾਜ ਜੀ ਬਾਬਾ ਵਿਧੀ ਚੰਦ ਤੇ ਜੋਧ ਰਾਏ ਨਾਲ। ਇਤੇ ਬੇਰ ਆਏ ਮਹਾ ਜੋਰ ਘਾਲਾ, ਉਧਰੋਂ ਲੱਲਾ ਬੇਗ ਦੇ ਸੂਰਮੇ ਬੜੇ ਜ਼ੋਰ ਨਾਲ ਹੱਲਾ ਘੱਲ ਕੇ ਆ ਗਏ। ਫੰਗਾਨ ਤੇਰਾਨ ਨੇ ਜਨ ਸੰਗਾ, ਗੋਲੀਆਂ ਦਾਗਦੇ ਨੇ, ਤੀਰ ਚਲਾਉਂਦੇ ਨੇ, ਨੇਜੇ ਵਰਾਉਂਦੇ ਨੇ, ਮਹਾ ਕੋਪ ਧਾਰੇ ਕਰੇ ਘਾਵ ਅੰਗਾ, ਬੜੇ ਮਾਂ ਗੁੱਸੇ ਦੇ ਵਿੱਚ ਆ ਕਰਕੇ ਸੂਰਮਿਆਂ ਦੇ ਜ਼ਖਮ ਕਰਦੇ ਨੇ, ਅੰਗਾਂ ਨੂੰ ਭੰਨਦੇ ਨੇ। ਤੇਰੇ ਬੇਰ ਮਾਰੇ ਹੱਲਾ ਹੱਲ ਹੋਏ, ਮਹਾਰਾਜ ਦੀ ਜੰਗ ਦੇ ਮੈਦਾਨ ਵਿੱਚ ਅੜ ਗਏ ਨੇ, ਸੂਰਮੇ ਅੜੇ ਹੋਏ ਨੇ ਔਰ ਹਲਾ ਚਲੀ ਕਰਦੇ ਹੋਏ ਮਾਰਦੇ ਹਨ। ਪਰੇ ਓਹੇ ਲਕਾਲਿਓ ਮਿਟਿਓ ਨਾਹੀਂ ਕੋਏ, ਦੁਸ਼ਮਣ ਦਾ ਹੱਲਾ ਜ਼ੋਰ ਦਾ ਸੀ, ਇੱਕ ਵਾਰੀ ਸਤਿਗੁਰਾਂ ਦੇ ਸੂਰਮਿਆਂ ਦੇ ਪੈਰ ਥੋੜੇ ਜੇ ਹੱਲੇ ਨੇ ਪਰ ਪਿੱਛੇ ਨਹੀਂ ਹੋਏ ਸੂਰਮੇ, ਅੱਗੇ ਹੋ ਕਰਕੇ ਰਣ ਭੂਮੀ ਵਿੱਚ ਮਰ ਕੇ ਸ਼ਹੀਦੀਆਂ ਪਾਉਣ ਲੱਗੇ। ਗੁਰੂ ਜਾਨ ਲੈਨੇ ਤਜੇ ਪ੍ਰਾਣ ਸਾਰੇ, ਮਹਾਰਾਜ ਜੀ ਨੇ ਵੇਖਿਆ ਕਿ ਸਾਡੇ ਬਹੁਤ ਸਾਰੇ ਸੂਰਮੇ ਰਣ ਭੂਮੀ ਵਿੱਚ ਮਾਰੇ ਗਏ ਨੇ। ਲਾਇਓ ਚਾਂਪ ਗਾਟੋ ਤਿਖੇ ਤੀਰ ਮਾਰੇ, ਦੇਵ ਨੇ ਤਰਕ ਸੰਭਾਲਿਆ ਤੇ ਪੱਥੇ ਦੇ ਵਿੱਚੋਂ ਤਿੱਖੇ ਤੀਰ ਉੱਡਣੇ ਨਾਗਾਂ ਵਾਲੇ ਕੱਢੇ ਨੇ। ਵਿਦੇ ਬ੍ਰਿੰਦ ਭੈਰੇ ਪਰੇ ਜਾਏ ਭੂਮ ਮੈਂ, ਜਦੋਂ ਮਹਾਰਾਜ ਜੀ ਤੀਰ ਚਲਾਉਂਦੇ ਨੇ ਇੱਕ ਇੱਕ ਤੀਰ ਮਹਾਰਾਜ ਜੀ ਦਾ ਦਸਾਂ ਦਸਾਂ ਦੀਆਂ ਛਾਤੀਆਂ ਨੂੰ ਵਿੰਨ ਕੇ ਪਾਰ ਨਿਕਲ ਜਾਂਦਾ ਹੈ। ਇੱਕ ਤੀਰ ਚੱਲਦਾ ਤੇ 10 ਜਣੇ ਧੜਮ ਦੇ ਕੇ ਜ਼ਮੀਨ ਤੇ ਡਿੱਗ ਪੈਂਦੇ ਨੇ। ਇੱਕੋ ਦੋਏ ਤੀਜੋ ਹਤੇ ਕੋਏ ਝੁੰਮੇ, ਮਹਾਰਾਜ ਜੀ ਦਾ ਤੀਰ ਜਦੋਂ ਜਾਂਦਾ ਇੱਕ ਨੂੰ ਵਿੰਨ ਕੇ ਦੂਜੇ ਦੇ ਵਿੱਚ ਜਾ ਵੱਜਦਾ, ਦੂਜੇ ਨੂੰ ਵਿੰਨ ਕੇ ਤੀਜੇ ਚ, ਤੀਜੇ ਨੂੰ ਵਿੰਨ ਕੇ ਚੌਥੇ ਚ, ਜੇ ਘੋੜਾ ਆ ਜਾਏ ਤੇ ਘੋੜੇ ਨੂੰ ਵੀ ਚੀਰ ਕੇ ਤੀਰ ਪਾਰ ਨਿਕਲ ਜਾਂਦਾ ਹੈ। ਭੈ ਟੋਲ ਆਗੇ ਰਿਪੋ ਸਮਹਾਰ, ਜਦੋਂ ਵੱਜ ਕੇ ਤੀਰ ਪਾਰ ਜਾਂਦਾ, ਜਿਹਦੇ ਵੱਜ ਕੇ ਤੀਰ ਪਾਰ ਨਿਕਲਦਾ ਉਸੇ ਵੇਲੇ ਝੂਮ ਕੇ ਪਵਾਰੀ ਖਾ ਕੇ ਰਣ ਭੂਮੀ ਵਿੱਚ ਡਿੱਗ ਜਾਂਦਾ ਹੈ। ਲੱਲਾ ਬੇਗ ਦੇਖੇ ਗੁਰੂ ਆਪ ਆਏ, ਸਤਿਗੁਰੂ ਜੀ ਆਪ ਅੱਗੇ ਆ ਗਏ ਨੇ, ਲੱਲਾ ਬੇਗ ਨੇ ਵੇਖਿਆ ਕਿ ਦੁਸ਼ਮਣ ਦਲ ਦਾ ਜਰਨੈਲ ਗੁਰੂ ਹਰਗੋਬਿੰਦ ਸਾਹਿਬ ਆਪ ਰਣ ਭੂਮੀ
ਵਿੱਚ ਅੱਗੇ ਆ ਪਹੁੰਚਿਆ। ਜਹਾਂ ਚਿੱਤ ਜੋ ਭਈ ਬਾਤ ਸੋਏ। ਲੱਲਾ ਬੇਗ ਖੁਸ਼ ਹੋਇਆ, ਕਹਿੰਦਾ ਜੋ ਮੈਂ ਚਿੱਤ ਚ ਚਾਹੁੰਦਾ ਸੀ ਉਹ ਬਣ ਗਿਆ। ਮੈਂ ਚਾਹੁੰਦਾ ਸੀ ਮੈਂ ਗੁਰੂ ਹਰਗੋਬਿੰਦ ਸਾਹਿਬ ਨਾਲ ਦੋ ਹੱਥ ਕਰਾਂ, ਉਹ ਗੱਲ ਲੱਗਦਾ ਹੁਣ ਬਣ ਗਈ ਹੈ, ਮੇਰੇ ਮਨ ਦੀ ਰੀਝ ਪੂਰੀ ਹੋਵੇਗੀ। ਅਬੈ ਜੰਗ ਮੇਰੋ ਗੁਰ ਸੰਗ ਹੋਏ। ਮੇਰਾ ਜੰਗ ਸਿੱਧਾ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਹੋਵੇਗਾ। ਭਇਓ ਟੋਲ ਅੱਗੇ ਗੁਰੂ ਜੀ ਨਿਹਾਰੇ। ਇਹਨੇ ਆਪਣਾ ਟੋਲ ਅੱਗੇ ਕੀਤਾ, ਸਤਿਗੁਰੂ ਜੀ ਵੀ ਅੱਗੇ ਆਏ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਇਹਨੇ ਤੱਕਿਆ। ਤੱਕੇ ਤੇਰ ਤਿੱਖੇ ਤਨੂ ਐ ਚ ਮਾਰੇ। ਵੇਖਦਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਤਿੱਖੇ ਤੀਰ ਤੰਦੀ ਤੇ ਚਾੜ ਕੇ ਚੜਾ ਰਹੇ ਹਨ। ਅੰਗ ਅੰਗ ਬਿਦੋ ਲਗੇ ਕਾਬ ਜਾਏ। ਲੱਲਾ ਬੇਗ ਨੇ ਵੀ ਤੀਰ ਚਲਾਏ, ਇਹਨੇ ਤੀਰ ਚਲਾਏ ਜਦੋਂ ਤੇ ਇਹਦੇ ਚਲਾਏ ਹੋਏ ਤੀਰ ਮਹਾਰਾਜ ਜੀ ਦੇ ਘੋੜੇ ਨੂੰ ਆ ਕੇ ਵੱਜੇ। ਸਤਿਗੁਰਾਂ ਦਾ ਘੋੜਾ ਜ਼ਖਮੀ ਹੋ ਗਿਆ। ਛੋਟੇ ਸ਼੍ਰੋਣ ਬ੍ਰਿੰਦੰ ਸੋ ਧਾਰਾ ਚਲਾਏ। ਤੀਰ ਡੂੰਘਾ ਆ ਕੇ ਮਹਾਰਾਜ ਜੀ ਦੇ ਘੋੜੇ ਨੂੰ ਵੱਜਾ। ਸੁਹੇਲੇ ਘੋੜੇ ਤੇ ਮਹਾਰਾਜ ਜੀ ਸਵਾਰ ਸਨ। ਉਸ ਘੋੜੇ ਨੂੰ ਜਦੋਂ ਤੀਰ ਵੱਜਾ ਲੱਲਾ ਬੇਗ ਦਾ ਚਲਾਇਆ ਹੋਇਆ, ਤੇ ਕਹਿੰਦੇ ਘੋੜੇ ਦੇ ਸਰੀਰ ਦੇ ਵਿੱਚੋਂ ਤਤੀਰੀ ਲੋਹ ਦੀ ਵਹਿ ਟੁਰੀ। ਸੁਹੇਲਾ ਤਿਖਿਓ ਘਾਵ ਲਗੇ ਕਨੇਰੇ। ਮਹਾਰਾਜ ਜੀ ਦਾ ਘੋੜਾ ਹੁਣ ਮਹਾਰਾਜ ਜੀ ਨੂੰ ਬੜਾ ਪਿਆਰਾ ਸੀ, ਸਤਿਗੁਰਾਂ ਨੂੰ ਸੁਹੇਲਾ ਤਦੇ ਹੀ ਤੇ ਨਾਂ ਰੱਖਿਆ ਸੀ ਇਹਦਾ। ਸੁਹੇਲੇ ਨੂੰ ਜ਼ਖਮੀ ਹੋਇਆ ਵੇਖ ਕੇ ਮਹਾਰਾਜ ਜੀ ਨੂੰ ਵੀਰ ਰਸ ਜਾਗਿਆ ਕਿ ਸਾਡੇ ਘੋੜੇ ਦੇ ਨੇ ਤੀਰ ਮਾਰਿਆ। ਖਾਲਸਾ ਜੀ ਮਹਾਰਾਜ ਜੀ ਜਦੋਂ ਘੋੜੇ ਤੇ ਸਵਾਰ ਹੁੰਦੇ ਮਨ ਮਿਲ ਜਾਂਦਾ ਸੀ ਘੋੜੇ ਨਾਲ। ਕਥਾ ਵਿੱਚ ਆਵੇਗਾ ਇੱਕ ਵਾਰੀ ਭਾਈ ਕੁੱਕੂ ਨੇ ਮਹਾਰਾਜ ਜੀ ਦੇ ਘੋੜੇ ਨੂੰ ਪਿੱਛੋਂ ਛੜੀ ਮਾਰ ਦਿੱਤੀ ਤੇ ਮਹਾਰਾਜ ਜੀ ਆਖਿਆ ਉਹ ਤੇਰੀ ਕੁੱਲ ਨਾਸ ਹੋ ਜਾਏ, ਸਾਡੇ ਘੋੜੇ ਨੂੰ ਕਿਉਂ ਮਾਰਿਆ। ਯਾਨੀ ਕਿ ਘੋੜੇ ਨਾਲ ਮਹਾਰਾਜ ਜੀ ਦਾ ਇੰਨਾ ਫਿਰ ਮਨ ਮਿਲ ਜਾਇਆ ਕਰਦਾ ਸੀ। ਉਹਨੇ ਆਖਿਆ ਮਹਾਰਾਜ ਮੇਰੀ ਕੁੱਲ ਨਾਸ ਹੋ ਜਾਏਗੀ, ਮੈਂ ਤੁਹਾਡਾ ਸਿੱਖ ਹਾਂ। ਤੇ ਸਤਿਗੁਰਾਂ ਆਖਿਆ ਪਿਓ ਦੀਆਂ ਗਾਲਾਂ ਪੁੱਤਾਂ ਨੂੰ ਨਹੀਂ ਲੱਗਿਆ ਕਰਦੀਆਂ। ਨਾਲ ਹੀ ਫਿਰ ਬਖਸ਼ ਦਿੱਤਾ ਵੀ ਜੇ ਪਿਓ ਗਾਲ ਕੱਢ ਵੀ ਦੇਵੇ ਨਾ, ਕੌੜਾ ਬੋਲ ਵੀ ਦੇਵੇ ਪੁੱਤ ਨੂੰ, ਤੇ ਪੁੱਤ ਨੂੰ ਥੋੜੀ ਲੱਗਿਆ ਕਰਦੀ ਹੈ, ਇਸ ਕਰਕੇ ਤੂੰ ਸਾਡਾ ਪੁੱਤਰ ਵੀ ਹੈ। ਤੋ ਮਹਾਰਾਜ ਜੀ ਨੇ ਵੇਖਿਆ ਜਦੋਂ ਘੋੜੇ ਨੂੰ ਤੀਰ ਵੱਜਾ ਵੀਰ ਰਸ ਵਿੱਚ ਆ ਗਏ ਛੇਵੇਂ ਪਾਤਸ਼ਾਹ। ਮਹਾਰਾਜ ਜੀ ਦੇ ਹਿਰਦੇ ਚ ਭਾਰੀ ਵੀਰ ਰਸ ਜਗਿਆ। ਜਿਨੋ ਅਗਰ ਚੌੜੇ ਖਤੰਗੰ ਨੇ ਕਾਸੇ। ਚੌੜੇ ਚਾਰ ਉਂਗਲੇ ਮਹਾਰਾਜ ਜੀ ਨੇ ਚੌੜਾ ਖਪਰਾ ਤੀਰ ਕੱਢਿਆ। ਦੰਡੰ ਸੰਧਾਨੇ ਬਿਖੀ ਸੇ ਪ੍ਰਕਾਸ਼ੇ। ਮਹਾਰਾਜ ਜੀ ਨੇ ਆਪਣੇ ਕੁਦੰਡੰ ਕਹਿੰਦੇ ਨੇ ਤਨਖ ਦੀ ਤੰਦੀ ਤੇ ਚਾੜਿਆ, ਤਨਖ ਦੀ ਤੰਦੀ ਤੇ ਚਾੜਿਆ। ਸੰਧਾਨੇ ਕਹਿੰਦੇ ਨੇ ਚਾੜ ਕੇ ਸੰਧਿਆ। ਬਿਖੀ ਸੇ ਪ੍ਰਕਾਸ਼ੇ, ਬਿਖੀ ਕਹਿੰਦੇ ਨੇ ਸੱਪ ਨੂੰ, ਉੱਡਣੇ ਸੱਪ ਵਾਂਗੂ ਇਹ ਤੀਰ ਹੈ ਜਿਹੜਾ ਮਹਾਰਾਜ ਜੀ ਦੀ ਤੰਦੀ ਤੇ ਚੜਿਆ ਹੋਇਆ ਹੈ। ਕਰਿਓ ਜੋਰ ਘੋਰੰ ਲਗਿਓ ਕਾਨ ਹੱਥ। ਮਹਾਰਾਜ ਜੀ ਦੇ ਘੋੜੇ ਨੇ ਵੀ ਜ਼ੋਰ ਕੀਤਾ, ਇਧਰ ਸਤਿਗੁਰਾਂ ਦੀਆਂ ਬਾਹਾਂ ਦਾ ਤਾਣ ਲੱਗਾ ਤੇ ਕੰਨਾਂ ਨੂੰ ਪਿੱਛੇ ਹੱਥ ਜਾਣ ਲੱਗਾ, ਯਾਨੀ ਕਿ ਤੰਦੀ ਨੂੰ ਕੰਨਾਂ ਤੱਕ ਜਾ ਖਿੱਚਿਆ। ਲੱਲਾ ਬੇਗ ਸੋਹੇ ਤਜਿਓ ਬੇਗ ਥਨ। ਸਾਹਮਣੇ ਲੱਲਾ ਬੇਗ ਸੀ, ਮਹਾਰਾਜ ਜੀ ਨੇ ਨਿਸ਼ਾਨਾ ਲਾਇਆ ਲੱਲਾ ਬੇਗ ਦਾ ਔਰ ਉਸ ਵੇਲੇ ਤੀਰ ਛੱਡਿਆ। ਚੱਲਿਓ ਕ੍ਰੋਧ ਤੇ ਸ਼ੋਕ ਬਾਨੰ ਮਹਾਨ। ਸ਼ੋਕ ਦਾ ਹੋਇਆ ਮਹਾਰਾਜ ਜੀ ਦੇ ਕਮਾਨ ਵਿੱਚੋਂ ਤੀਰ ਉੱਡ ਕੇ ਨਿਕਲਿਆ। ਉੱਡਿਓ ਪੰਖ ਧਾਰੇ ਫਨੇ ਕੇ ਸਮਾਨਾ। ਖੰਭ ਲਾ ਕੇ ਮਾਨੋ ਜਿਵੇਂ ਕੋਈ ਫਨਗਰ ਰਾਗ ਉੱਡ ਕੇ ਜਾਂਦਾ ਹੋਵੇ, ਏਦਾਂ ਮਹਾਰਾਜ ਜੀ ਦਾ ਖਪਰਾ ਤੀਰ ਜਾ ਰਿਹਾ ਹੈ। ਲੱਗਿਓ ਭਾਲ ਮੈਂ ਤਾਤ ਕਾਲੰ ਪ੍ਰਵੇਸ਼ਾ। ਗੁਰਦੇਵ ਨੇ, ਕਿਉਂਕਿ ਲੱਲਾ ਬੇਗ ਨੇ ਸਤਿਗੁਰਾਂ ਦਾ ਘੋੜਾ ਜ਼ਖਮੀ ਕੀਤਾ,
ਸੀਤਾ ਮਹਾਰਾਜ ਜੀ ਨੇ ਉਹਦੇ ਘੋੜੇ ਨੂੰ ਮਾਰਨ ਵਾਸਤੇ ਮੱਥੇ ਦਾ ਨਿਸ਼ਾਨਾ ਲਾਇਆ ਘੋੜੇ ਦਾ, ਤੇ ਮੱਥੇ ਦੇ ਵਿੱਚ ਜਾ ਕੇ ਤੀਰ ਵੱਜਾ। ਲੱਲਾ ਬੇਗ ਘੋੜਾ ਬਲੀ ਜੋ ਵਿਸ਼ੇਸ਼ਾ, ਲੱਲਾ ਬੇਗ ਦਾ ਘੋੜਾ ਜੋ ਬੜਾ ਬਲਵਾਨ ਸੀ, ਬਲੀ ਸੀ, ਘਣੋ ਦਿਨ ਮੋਲੰ ਚਲਾ ਕੰਬੜੇਰਾ, ਬੜੇ ਕੀਮਤੀ ਮੁੱਲ ਦਾ ਸੀ, ਬੜਾ ਚਲਾਕ ਤੇ ਚੰਚਲ ਘੋੜਾ ਸੀ। ਇਸ਼ਾਰੇ ਨੇ ਕਾਸੇ ਉਪਰੇ ਉਹ ਪਰ ਫੇਰਾ, ਲੱਲਾ ਬੇਗ ਦੇ ਘੋੜੇ ਦੇ ਮੱਥੇ ਵਿੱਚ ਤੀਰ ਵੱਜਾ, ਤੇ ਪਿਛਲੇ ਪਾਸਿਓ ਕਹਿੰਦੇ ਪਿੱਠ ਦੇ ਵਿੱਚੋਂ ਦੀ ਉਹ ਤੀਰ ਪਾਰ ਜਾ ਨਿਕਲਿਆ। ਵੱਡੇ ਜਾਏ ਭੂਮ ਮੈਂ ਸੋਲੋ ਹੂ ਸੁਰੰਗਾ, ਤੇ ਕਹਿੰਦੇ ਉਹ ਤੀਰ ਪਾਰ ਨਿਕਲ ਕੇ ਫਿਰ ਅੱਗੇ ਧਰਤੀ ਵਿੱਚ ਗੱਡ ਗਿਆ, ਥੱਲੇ ਧਰਤੀ ਦੇ ਵਿੱਚ ਗੱਡ ਗਿਆ, ਤੇ ਘੋੜੇ ਦੇ ਲਹੂ ਨਾਲ ਉਹ ਤੀਰ ਲਾਲ ਸੁਰਖ ਹੈ। ਗਿਰੇ ਸੀ ਗੁਰੂ ਘੋੜਾ ਸਜੈ ਜੇਨ ਚੰਗਾ, ਘੋੜਾ ਜਿਹੜਾ ਇੱਕਦਮ ਧੜਮ ਦੇ ਕੇ ਜ਼ਮੀਨ ਤੇ ਡਿੱਗ ਪਿਆ, ਜਿਹੜਾ ਲਹੂ ਸੁਰੰਗਾ ਲਹੂ ਰੰਗਾ ਲਾਖਾ ਘੋੜਾ ਹੈ, ਕਹਿੰਦੇ ਜ਼ਮੀਨ ਦੇ ਉੱਤੇ ਧੜਮ ਦੇ ਕੇ ਡਿੱਗ ਪਿਆ। ਸਤਿਗੁਰਾਂ ਦੇ ਵੱਜੇ ਤੀਰ ਨਾਲ ਇਹਦੇ ਪ੍ਰਾਣ ਉੱਡਣ ਪੰਖੇਰੂ ਹੋ ਗਏ। ਲੱਲਾ ਬੇਗ ਨੇ ਬੇਗ ਤੇ ਤਿਆਗ ਦੇਣਾ, ਲੱਲਾ ਬੇਗ ਨੇ ਇੱਕਦਮ ਛਾਲ ਮਾਰੀ ਵੀ ਘੋੜਾ ਡਿੱਗਣ ਲੱਗਾ, ਇਹਨੇ ਛਾਲ ਮਾਰੀ ਤੇ ਆਪਣਾ ਆਪ ਸੰਭਾਲ ਲਿਆ, ਘੋੜਾ ਤਿਆਗ ਦਿੱਤਾ। ਮਹਾ ਕ੍ਰੋਧ ਤੇ ਤੀਰ ਤਿਆਗੇ ਪ੍ਰਬੀਨਾ, ਇਹਨੇ ਮਹਾ ਕ੍ਰੋਧ ਵਿੱਚ ਆ ਕੇ ਦੋ ਦੋ ਤੀਰ ਇੱਕ ਇੱਕ ਤੀਰ ਤੰਦੀ ਤੇ ਚਾੜ ਕੇ ਮਹਾਰਾਜ ਜੀ ਵੱਲ ਛੱਡਿਆ। ਸੋਹੇਲਾ ਅਮੋਲਾ ਤੱਕੈ ਤਾਂ ਹੈ ਮਾਰਾ, ਇਹ ਵੀ ਮਹਾਰਾਜ ਜੀ ਦੇ ਸੋਹੇਲੇ ਘੋੜੇ ਦੇ ਤੂੰ ਤੱਕ ਤੱਕ ਕੇ ਤੀਰ ਚਲਾਉਂਦਾ, ਲੱਲਾ ਬੇਗ ਵੀ ਤੰਦੀ ਕੰਨਾਂ ਤੱਕ ਖਿੱਚ ਖਿੱਚ ਕੇ ਤੀਰ ਮਾਰਦਾ। ਔਰ ਇੱਕ ਵਾਰੀ ਕਹਿਣ ਲੱਗੇ ਉਹ ਤੀਰ ਵਿੰਨ ਵਿੰਨ ਕੇ ਘੋੜੇ ਨੂੰ ਬੜੀ ਚੰਚਲਤਾਈ ਦੇ ਨਾਲ ਪਾਰ ਜਾਂਦੇ ਹਨ। ਦੇ ਭਾਲ ਮੈਂ ਤੀਰ ਲਾਗੇ ਕਨੇਰੇ, ਘੋੜੇ ਦੀ ਛਾਤੀ ਵਿੱਚ ਤੇ ਮੱਥੇ ਤੇ ਕਈ ਤੀਰ ਵੱਜੇ ਛੇਵੇਂ ਪਾਤਸ਼ਾਹ ਦੇ ਸੁਹੇਲੇ ਘੋੜੇ ਦੇ। ਹਿਰਿਓ ਜੰਗ ਖੇਤਮ ਹਤਿਓ ਤਾਂ ਹੈ ਬੇਰ, ਮੱਥੇ ਵਿੱਚ ਡੂੰਘਾ ਤੀਰ ਵੱਜਾ ਨਾ ਘੋੜੇ ਦੇ, ਪਹਿਲਾਂ ਤਾਂ ਕਈ ਤੀਰ ਵੱਜੇ ਉਹਨੇ ਪਰਵਾਹ ਨਾ ਕੀਤੀ, ਜਦੋਂ ਮੱਥੇ ਵਿੱਚ ਆ ਕੇ ਡੂੰਘਾ ਤੀਰ ਵੱਜਾ ਲੱਲਾ ਬੇਗ ਦਾ, ਤੇ ਸਤਿਗੁਰਾਂ ਦਾ ਘੋੜਾ ਸੁਹੇਲਾ ਉਸੇ ਵਕਤ ਰਣ ਭੂਮੀ ਚ ਡਿੱਗ ਕੇ ਸ਼ਹੀਦੀ ਪਾ ਗਿਆ। ਬੜੇ ਭਾਗ ਜੰਤੇ ਗੁਰੂ ਅੰਗ ਸੰਗੇ, ਬੜੇ ਭਾਗ ਸਨ ਇਸ ਘੋੜੇ ਦੇ, ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਗ ਸੰਗੇ ਹੈ, ਮਹਾਰਾਜ ਜੀ ਦੇ ਅੰਗਾਂ ਦੇ ਨਾਲ ਲੱਗਾ ਹੋਇਆ ਇਹਨੇ ਪ੍ਰਾਣ ਤਿਆਗੇ ਹਨ। ਮੇਲੇ ਸੋ ਰਹੇ ਪ੍ਰਾਣ ਤਿਆਗੇ ਤੁਰੰਗੇ, ਮਹਾਰਾਜ ਜੀ ਦਾ ਮਾਨੇ ਦੇ ਨਾਲ ਮਿਲਿਆ ਹੋਇਆ ਸੀ ਘੋੜੇ ਦਾ, ਔਰ ਇਸ ਵਕਤ ਕਹਿੰਦੇ ਘੋੜੇ ਨੇ ਪ੍ਰਾਣ ਤਿਆਗ ਦਿੱਤੇ। ਗਇਓ ਦੇਵ ਲੋਕੰ ਤਜੇ ਸੋਕ ਮੋਹੰ, ਖਾਲਸਾ ਜੀ ਘੋੜਾ ਵੀ ਮੋਕਸ਼ ਨੂੰ ਪ੍ਰਾਪਤ ਹੋ ਗਿਆ, ਇਹ ਘੋੜਾ ਵੀ ਮੁਕਤ ਹੋ ਗਿਆ ਮਹਾਰਾਜ ਜੀ ਦੀ ਸੇਵਾ ਕਰਕੇ, ਦੇਵ ਲੋਕ ਵਿੱਚ ਜਾ ਪਹੁੰਚਿਆ। ਨਹੀਂ ਫੇਰ ਫੇਰੇ ਜਗੰ ਵਿੱਚ ਹੋ, ਇਸ ਘੋੜੇ ਦੀ ਵੀ ਮੁੜ ਕੇ ਜਗਤ ਵਿੱਚ ਦੁਬਾਰਾ ਫੇਰੀ ਨਹੀਂ ਹੋਈ, ਇਹ ਮੁੜ ਕੇ ਜਨਮ ਮਰਨ ਵਿੱਚ ਨਹੀਂ ਆਇਆ, ਸਤਿਗੁਰੂ ਛੇਵੇਂ ਪਾਤਸ਼ਾਹ ਨੇ ਇਹਦਾ ਜਨਮ ਮਰਨ ਵੀ ਨਿਵਾਰ ਦਿੱਤਾ। ਤਦੇ ਕਿਹਾ ਪਸ਼ੂ ਪ੍ਰੇਤ ਮੁਗਦ ਕੋ ਤਾਰੇ, ਪਸ਼ੂ ਵੀ ਤਾਰ ਦਿੱਤੇ ਹਨ। ਬਿਧੀ ਚੰਦ ਸਿਗਰੰ ਕਹੇ ਉਹ ਹੈ ਨੇਰੇ, ਬਿਧੀ ਚੰਦ ਨੇ ਵੇਖਿਆ ਸਤਿਗੁਰਾਂ ਦਾ ਘੋੜਾ ਚਾਲੇ ਮਾਰ ਗਿਆ, ਬਿਧੀ ਚੰਦ ਜੀ ਬੜੀ ਤੇਜ਼ੀ ਨਾਲ ਘੋੜਾ ਦੌੜਾ ਕੇ ਮਹਾਰਾਜ ਜੀ ਕੋਲ ਆਏ। ਚੜੋ ਔਰ ਘੋੜੇ ਪ੍ਰਭੂ ਆਹੇ ਬੇਰੇ, ਘੋੜਾ ਲੈ ਕੇ ਆਏ, ਆਖਿਆ ਸਤਿਗੁਰੂ ਆ ਘੋੜੇ ਤੇ ਆਪ ਜੀ ਸਵਾਰ ਹੋ ਜਾਓ। ਗੁਰੂ ਧਰਮ ਯੁੱਧੰ ਵਿਚਾਰੇ ਉਚਾਰੇ, ਬਿਧੀ ਚੰਦ ਨੇ ਘੋੜਾ ਦਿੱਤਾ, ਮਹਾਰਾਜ ਜੀ ਘੋੜੇ ਤੇ ਨਹੀਂ ਚੜੇ,
ਤੇ ਮਹਾਰਾਜ ਜੀ ਨੇ ਧਰਮ ਯੁੱਧ ਦੀ ਵਿਚਾਰ ਕੀਤੀ ਵੀ ਧਰਮ ਯੁੱਧ ਕੀ ਇਜਾਜ਼ਤ ਦਿੰਦਾ ਹੈ। ਹਰੋ ਅਗਰ ਬੈਰੇ ਹਾਂ ਤਾਂ ਹੈ ਮਾਰ। ਮਹਾਰਾਜ ਜੀ ਕਹਿੰਦੇ ਵਿਧੀ ਚੰਦ, ਸਾਡਾ ਦੁਸ਼ਮਣ ਸਾਡੇ ਸਾਹਮਣੇ ਪੈਰਾਂ ਤੇ ਜ਼ਮੀਨ ਤੇ ਖਲੋਤਾ ਹੈ, ਉਹਦਾ ਘੋੜਾ ਅਸੀਂ ਮਾਰ ਦਿੱਤਾ ਹੈ। ਨਹੀਂ ਔਰ ਲੈਨੋ ਪ੍ਰਥੇ ਵਿੱਚ ਠੰਡੋ। ਦੂਜਾ ਘੋੜਾ ਨਹੀਂ ਮੰਗਾਇਆ, ਲੈ ਸਕਦਾ ਸੀ ਲੱਲਾ ਬੇਗ ਦੂਜਾ ਘੋੜਾ, ਪਰ ਉਹਨੇ ਦੂਜਾ ਘੋੜਾ ਨਹੀਂ ਮੰਗਾਇਆ, ਉਹ ਪ੍ਰਿਥੀ ਤੇ ਜ਼ਮੀਨ ਤੇ ਪੈਰਾਂ ਤੇ ਖੜਾ ਹੈ। ਸਾਡੇ ਸਾਹਮਣੇ ਖਲੋਤਾ ਤੇ ਜੰਗ ਲੜਨ ਦਾ ਉਹਦੇ ਮਨ ਚ ਚਾਅ ਹੈ। ਤਥਾ ਜਾਨ ਮੋਹੇ ਅਰੂੜੈ ਨ ਘੋਰੈ। ਅਸੀਂ ਘੋੜੇ ਤੇ ਸਵਾਰ ਹੋ ਕੇ ਉਹਦੇ ਤੇ ਵਾਰ ਕਰੀਏ ਸੋਭਦਾ ਨਹੀਂ ਹੈ, ਧਰਮ ਯੁੱਧ ਨਹੀਂ ਕਿ ਉਹ ਘੋੜੇ ਤੋਂ ਬਿਨਾਂ ਹੋਵੇ ਤੇ ਅਸੀਂ ਉਹਦੇ ਤੇ ਵਾਰ ਕਰੀਏ। ਅਸੀਂ ਵੀ ਘੋੜੇ ਤੇ ਨਹੀਂ ਚੜਨਾ, ਅਸੀਂ ਵੀ ਪੱਬਾਂ ਦੇ ਉੱਤੇ ਜ਼ਮੀਨ ਦੇ ਉੱਤੇ ਪੈਂਤਰੇ ਤੇ ਇਹਦੇ ਨਾਲ ਲੜਾਂਗੇ। ਅਬੈ ਜੰਗ ਖਗੰ ਕਰੈ ਪੇਰ ਘੋਰੈ। ਵੀ ਚੰਦ ਹੁਣ ਤਲਵਾਰ ਤੇ ਧਾਰ ਦਾ ਅਸੀਂ ਜੰਗ ਕਰਾਂਗੇ ਭਿਆਨਕ। ਅਹੇ ਬਾਕ ਐਸੋ ਭੈ ਫੇਰ ਸੋਹੇ। ਉਹਨੇ ਫਿਰ ਮਹਾਰਾਜ ਜੀ ਨੂੰ ਕਿਹਾ, ਪਾਤਸ਼ਾਹ ਆਪ ਜੀ ਘੋੜਾ, ਮਹਾਰਾਜ ਜੀ ਨੇ ਇਸ਼ਾਰਾ ਕਰ ਦਿੱਤਾ ਹੁਣ ਅਸੀਂ ਘੋੜੇ ਤੇ ਨਹੀਂ ਚੜਨਾ। ਰਾਜੋਲ ਐਂਚੋ ਕਰੇ ਬੰਕ ਭਉ ਹੈ। ਮਹਾਰਾਜ ਜੀ ਨੇ ਵੀ ਆਪਣੇ ਮਿਆਨ ਚੋਂ ਤੇਗਾ ਕੱਢ ਲਿਆ, ਭੌਹਾਂ ਮਹਾਰਾਜ ਜੀ ਦੀਆਂ ਵੀ ਚੜ ਗਈਆਂ। ਉਧਰ ਲੱਲਾ ਬੇਗ ਵੀ ਪੂਰੇ ਬੀਰ ਰਸ ਵਿੱਚ ਹੈ। ਲੱਲਾ ਬੇਗ ਕੇ ਅਗਰ ਆਇਓ ਪਠਾਨਾ। ਲੱਲਾ ਬੇਗ ਦੇ ਅੱਗੇ ਇੱਕ ਪਠਾਨ ਆ ਗਿਆ ਵੀ ਲੱਲਾ ਬੇਗ ਤੋਂ ਪਹਿਲਾਂ ਮੈਂ ਗੁਰੂ ਜੀ ਨਾਲ ਮੁਕਾਬਲਾ ਕਰਾਂ। ਮਹਾ ਕੋਪ ਤੇ ਸੰਗ ਤੰਕੇ ਬਖਾਨਾ। ਲੱਲਾ ਬੇਗ ਨੇ ਉਹਦੀ ਬਾਂਹ ਫੜੀ ਤੇ ਖਿੱਚ ਕੇ ਪਿੱਛੇ ਕੀਤਾ, ਗੁੱਸੇ ਨਾਲ ਕਹਿੰਦਾ ਪਾਸੇ ਆ ਗਿਆ, ਗੁਰੂ ਹਰਗੋਬਿੰਦ ਸਾਹਿਬ ਨਾਲ ਮੈਂ ਲੜਾਂਗਾ। ਗੁਰੂ ਔਰ ਮੋਰੇ ਨਾ ਬੇਚੰ ਪਰਿਜੈ। ਗੁਰੂ ਤੇ ਮੇਰੇ ਵਿੱਚ ਹੁਣ ਤੂੰ ਨਹੀਂ ਆਉਣਾ। ਸਾਰੇ ਪਠਾਨ ਨੂੰ ਵਰਗ ਦਿੱਤਾ, ਮੈਂ ਤੇ ਗੁਰੂ ਦੋਵੇਂ ਲੜਾਂਗੇ, ਸਾਡੇ ਵਿੱਚ ਕਿਸੇ ਦੂਜੇ ਨੇ ਨਹੀਂ ਆਉਣਾ। ਕਰੋ ਆਨ ਥਨ ਮਰੀ ਜੈ ਕੇ ਜੀ ਜੈ। ਲੱਗਾ ਹੁਣ ਕਿਸੇ ਹੋਰ ਪਠਾਨ ਨੇ ਨਹੀਂ ਆਉਣਾ, ਮੈਂ ਭਾਵੇਂ ਮਰ ਜਾਵਾਂ ਭਾਵੇਂ ਜੀਵਾਂ, ਜਦੋਂ ਤੱਕ ਮੈਂ ਲੜ ਰਿਹਾ ਗੁਰੂ ਜੀ ਨਾਲ ਉਦੋਂ ਤੱਕ ਮੇਰੇ ਵਿੱਚ ਕਿਸੇ ਪਠਾਨ ਨੇ ਨਹੀਂ ਆਉਣਾ। ਇਹਨੋ ਸੰਗ ਜੰਗੰ ਕਰੋ ਆਪ ਆਛਾ। ਇਹਨਾਂ ਨਾਲ ਮੈਂ ਖੁਦ ਜੰਗ ਲੜਾਂਗਾ ਔਰ ਚੰਗਾ ਖੂਬ ਲੜਾਂਗਾ। ਮਰੋ ਕੇ ਸੰਘਾਰੋ ਨਹੀਂ ਆਨ ਬਾਂਛਾ। ਜਾਂ ਮਰਾਂਗਾ ਜਾਂ ਇਹਨਾਂ ਨੂੰ ਮਾਰਾਂਗਾ, ਹੋਰ ਮੇਰੇ ਮਨ ਚ ਕੋਈ ਬਾਂਛਾ ਇੱਛਾ ਨਹੀਂ। ਤੋ ਸਾ ਕੇ ਬਾਜ ਲੈ ਕੇ ਚੱਲੇ। ਬਾਦਸ਼ਾਹ ਦੇ ਘੋੜੇ ਲੈ ਕੇ ਜਾਵਾਂਗੇ। ਤੋ ਪ੍ਰਾਣ ਦੇ ਸੰਗ ਧੂਲੇ ਮਿਲਾਂਗੇ। ਜਾਂ ਫਿਰ ਆਪਣੇ ਪ੍ਰਾਣ ਇੱਥੇ ਮਿਲਾ ਕੇ ਧਰਤੀ ਦੇ ਵਿੱਚ ਗਰਕ ਹੋ ਜਾਵਾਂਗੇ। ਹਰੋ ਦੂਰ ਹੋਏ ਕਹਿ ਤਮਾ ਸੋਪ ਖੀਜਾ। ਆਪਣੇ ਪਠਾਣਾ ਨੂੰ ਕਹਿ ਦਿੱਤਾ ਲੱਲਾ ਬੇਗ ਨੇ, ਪਿੱਛੇ ਹੋ ਜਾਓ ਸਾਰੇ, ਮੇਰੇ ਤੇ ਗੁਰੂ ਦਾ ਜੰਗ ਤੁਸੀਂ ਖਲੋ ਕੇ ਤਮਾਸ਼ਾ ਵੇਖੋ। ਤੇ ਜਾਓ ਦੂਜੇ ਯੋਧਿਆਂ ਨਾਲ ਲੜੋ, ਗੁਰੂ ਨਾਲ ਮੈਂ ਲੜਾਂਗਾ। ਸਾਰੇ ਗੁਰੂ ਜੀ ਹਟਾਏ। ਲੱਲਾ ਬੇਗ ਨੇ ਰੋਕੇ ਤੇ ਇੱਧਰ ਸਤਿਗੁਰਾਂ ਵੀ ਵਰਗ ਦਿੱਤਾ, ਭਾਈ ਵਿਧੀ ਚੰਦ ਵਰਗੇ ਸਿੱਖਾਂ ਨੂੰ ਕਹਿ ਦਿੱਤਾ, ਜਦੋਂ ਤੱਕ ਅਸੀਂ ਲੱਲਾ ਬੇਗ ਨਾਲ ਲੜ ਰਹੇ ਹਾਂ ਸਾਡੇ ਵਿੱਚ ਕਿਸੇ ਨੇ ਦੂਜੇ ਤੀਜੇ ਨੇ ਨਹੀਂ ਆਉਣਾ। ਦੋਹਾਂ ਪਾਸਿਆਂ ਦੇ ਸੂਰਮੇ ਰੋਕ ਦਿੱਤੇ ਗਏ, ਲੜਾਈ ਦੋਹਾਂ ਪਾਸੇ ਦੇ ਸੂਰਮਿਆਂ ਦੀ ਰੋਕ ਦਿੱਤੀ। ਹੁਣ ਲੜ ਰਹੇ ਨੇ ਕੇਵਲ ਤਾਂ ਕੇਵਲ ਗੁਰੂ ਹਰਗੋਬਿੰਦ ਸਾਹਿਬ
ਤੇ ਲੱਲਾ ਬੇਗ, ਇਧਰੋਂ ਸਤਿਗੁਰੂ ਜੀ ਨੇ, ਉਧਰੋਂ ਦੁਸ਼ਮਣ ਦਲ ਦੇ ਵੱਲੋਂ ਲੱਲਾ ਬੇਗ ਹੈ, ਬਾਕੀ ਸੂਰਮੇ ਖਲੋ ਗਏ ਨੇ ਸਾਰੇ, ਉਹ ਹੁਣ ਵੇਖਣ ਲੱਗੇ ਨੇ ਦੋਹਾਂ ਜਰਨੈਲਾਂ ਦੀ ਲੜਾਈ। ਪੈਰਾਂ ਦੇ ਉੱਤੇ ਪੈਂਤਰੇ ਤੇ ਆਉਂਦੇ ਦੋਵੇਂ ਸੂਰਮੇ, ਇਧਰੋਂ ਸਤਿਗੁਰੂ ਜੀ, ਉਧਰੋਂ ਲੱਲਾ ਬੇਗ, ਪੈਂਤਰੇ ਤੇ ਕਦੇ ਨੇੜੇ ਹੋ ਜਾਂਦੇ ਨੇ, ਕਦੇ ਦੂਰ ਹੋ ਜਾਂਦੇ ਨੇ, ਔਰ ਘਾਤ ਵੇਖਦੇ ਨੇ, ਦੋਵੇਂ ਬੰਕੇ ਯੋਧੇ ਨੇ। ਲੱਲਾ ਬੇਗ ਵੀ ਬੜਾ ਉੱਚਾ ਲੰਮਾ ਕੱਦ ਕਾਠ ਵਾਲਾ ਸੀ ਜਰਨੈਲ, 7 ਫੁੱਟਾ ਕੱਦ ਇਹਦਾ ਵੀ ਸੀ, ਇਧਰ 6ਵੇਂ ਪਾਤਸ਼ਾਹ ਵੀ ਬਲ ਨਾਲ ਭਰੇ ਹੋਏ ਨੇ। ਕੀਰਤੀ ਚਾਹੇ ਚੌਂਪੇ ਜੁਝਾਰੇ, ਦੋਵੇਂ ਕੀਰਤੀ ਚਾਹੁੰਦੇ ਨੇ ਆਪਣੀ, ਦੋਵੇਂ ਆਪਣਾ ਚਾਹ ਚਾਹੁੰਦੇ ਨੇ, ਜਿੱਤ ਚਾਹੁੰਦੇ ਨੇ। ਸੈਨ ਕੇ ਸੂਰ ਸਵਾਮੀ ਉਦਾਰੇ, ਦੋਵਾਂ ਪਾਸਿਆਂ ਦੇ ਦਲਾਂ ਦੇ ਸਵਾਮੀ ਨੇ ਦੋਵੇਂ, ਇਧਰ ਆਪਣੀ ਫੌਜ ਦੇ ਸਵਾਮੀ ਗੁਰੂ ਹਰਗੋਬਿੰਦ ਸਾਹਿਬ ਨੇ, ਉਧਰ ਦੁਸ਼ਮਣ ਦਲ ਦੀ ਫੌਜ ਦਾ ਸਵਾਮੀ ਜਰਨੈਲ ਲੱਲਾ ਬੇਗ ਹੈ। ਵਿਜੈ ਦੋਵੇਂ ਵਿਜੈ ਚਾਹੁੰਦੇ ਨੇ, ਦੋਵੇਂ ਜਿੱਤ ਚਾਹੁੰਦੇ ਨੇ, ਤੇ ਦੋਵੇਂ ਵੀਰ ਰਸ ਵਿੱਚ ਭਿੱਜੇ ਹੋਏ ਨੇ। ਦੋਹੋਂ ਸ਼ਸਤਰ ਵਿਦਿਆ ਕਮਾਏ ਪ੍ਰਵੀਨੇ, ਦੋਵੇਂ ਆਪਣੀ ਸ਼ਸਤਰ ਵਿਦਿਆ ਨੂੰ ਕਮਾਉਣ ਵਾਲੇ ਨੇ, ਦੋਨਾਂ ਨੇ ਆਪਣੀ ਸ਼ਸਤਰ ਵਿਦਿਆ ਨੂੰ ਚੰਗੀ ਤਰ੍ਹਾਂ ਕਮਾਇਆ ਤੇ ਅਜਮਾਇਆ ਹੋਇਆ। ਯੁੱਧ ਜੈਤਾ ਘਣੇ ਸੰਗ ਕਿਨੇ, ਯੁੱਧ ਜਿੱਤਣ ਵਾਲੇ ਨੇ ਲੱਲਾ ਬੇਗ ਨੇ, ਪਹਿਲਾਂ ਵੀ ਕਈ ਜੰਗ ਜਿੱਤੇ ਨੇ, ਇਧਰ ਸਤਿਗੁਰਾਂ ਨੇ ਵੀ 2 ਜੰਗ ਪਹਿਲਾਂ ਜਿੱਤੇ ਹੋਏ ਨੇ। ਅੰਹੇਨ ਦੋਨੋ ਰਣੰ ਧਰਮ ਚਿਨੇ, ਦੋਵੇਂ ਜੰਗ ਦੇ ਮੈਦਾਨ ਦੇ ਵਿੱਚ ਘੋੜਿਆਂ ਤੋਂ ਦੋਵੇਂ ਵੀ ਹੋਣੇ ਨੇ, ਹਯੰਹੀਨ ਦੋਨੋ ਘੋੜਿਆਂ ਤੋਂ ਵੀ ਹੋਣੇ ਨੇ, ਰਰੰਗ ਧਰਮ ਚੀਨੇ, ਜਿਹੜੇ ਜੰਗ ਦੇ ਮੈਦਾਨ ਦੇ ਧਰਮ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਤੱਕਦੇ ਨੇ ਇੱਕ ਦੂਜੇ ਤੇ ਵਾਰ ਕਰਨ ਵਾਸਤੇ, ਦਾ ਵੇਖਦੇ ਹਨ। ਮਾਨੋ ਸ਼ੇਰ ਦੋਨੋ ਮੇਟੈ ਪਾਏ ਨਾ, ਮਾਨੋ ਦੋਵੇਂ ਬੱਬਰ ਸ਼ੇਰ ਨੇ, ਤੇ ਆਪਣੇ ਪੈਰ ਅੱਗੇ ਅੜਾ ਕੇ ਅੜਦੇ ਨੇ, ਪਿੱਛੇ ਨੀ ਹਟਦੇ। ਰੁਪੇ ਬੇਰ ਦੋਨੋ ਗਜੰ ਰਾਜ ਭਾਰੇ, ਜਾਂ ਇਸ ਤਰ੍ਹਾਂ ਕਹਿ ਲਈਏ ਦੋਵੇਂ ਸੂਰਮੇ ਇਸ ਤਰ੍ਹਾਂ ਆਪੋ ਸਾਹਮਣੇ ਹੋ ਕੇ ਰੁਪੇ ਹੋਏ ਨੇ, ਮਾਨੋ ਜਿਵੇਂ 2 ਮਸਤ ਹਾਥੀ ਆਪੋ ਵਿੱਚ ਭਿੜਦੇ ਹੋਣ। ਵੱਡੇ ਦੰਤ ਧਾਰੇ ਮਹਾ ਛੋਭ ਵਾਰੇ, ਮਾਨੋ ਵੱਡੇ ਦੰਦ ਨੇ ਇਹਨਾਂ ਦੇ ਉੱਤੇ ਤੇ ਬੜੇ ਛੋਭ ਨਾਲ ਭਰੇ ਹੋਏ ਹਨ। ਉਹ ਢਾਲ ਢੋਏ ਟੱਕਾ ਢੂਕ ਕਿਨੇ, ਹੱਥਾਂ ਵਿੱਚ ਇੱਕ ਇੱਕ ਢਾਲ ਫੜੀ ਹੋਈ ਹੈ, ਟਕਾ ਢੂਕ ਨੇੜੇ ਨੇੜੇ ਹੋ ਕਰਕੇ ਢਾਲ ਦੇ ਉੱਤੇ ਢਾਲ ਮਾਰਦੇ ਨੇ। ਉਹ ਖੱਗ ਧਾਰੇ ਮੱਤੇ ਕੋਪ ਭਿੰਨੇ, ਉਹਨਾਂ ਦੇ ਹੱਥਾਂ ਵਿੱਚ ਖੱਗ ਤੇਗੇ ਨੇ, ਮਹਾਰਾਜ ਜੀ ਦੇ ਹੱਥ ਵਿੱਚ ਵੀ ਤੇਗਾ, ਲੱਲਾ ਬੇਗ ਦੇ ਹੱਥ ਵਿੱਚ ਵੀ ਤੇਗਾ। ਖਾਲਸਾ ਜੀ ਜਿਹੜੇ ਤੇਗੇ ਨਾਲ ਮਹਾਰਾਜ ਜੀ ਨੇ ਲੱਲਾ ਬੇਗ ਨੂੰ ਵੱਢਿਆ ਨਾ, ਉਹ ਤੇਗਾ ਅੱਜ ਵੀ ਸੰਗਤਾਂ ਦਰਸ਼ਨ ਕਰਦੀਆਂ ਨੇ। ਸੁਰ ਸਿੰਘ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਅੰਸ ਵੰਸ ਵਿੱਚੋਂ ਬਾਬਾ ਅਵਤਾਰ ਸਿੰਘ ਜੀ, ਉਹਨਾਂ ਦੇ ਪਾਸ ਅੱਜ ਵੀ ਉਹ ਤੇਗਾ ਹੈ, ਸੰਗਤਾਂ ਨੂੰ ਦਰਸ਼ਨ ਕਰਾਉਂਦੇ ਹੈ, ਉਹ ਤੇਗਾ ਜਿਹਦੇ ਨਾਲ ਮਹਾਰਾਜ 6ਵੇਂ ਪਾਤਸ਼ਾਹ ਨੇ ਲੱਲਾ ਬੇਗ ਨੂੰ ਵੱਢਿਆ, ਉਹ ਅੱਜ ਵੀ ਮੌਜੂਦ ਹੈ ਸੁਰ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਦੇ ਵਿੱਚ। ਸੋ ਮਹਾਰਾਜ ਜੀ ਦੇ ਹੱਥ ਵਿੱਚ ਵੀ ਤੇਗਾ, ਲੱਲਾ ਬੇਗ ਦੇ ਹੱਥ ਵਿੱਚ ਵੀ ਚੌੜਾ ਤੇਗਾ ਹੈ। ਲੱਲਾ ਬੇਗ ਧਾਇਓ ਕਰਾ ਚੋਲ ਮਾਰਾ, ਲੱਲਾ ਬੇਗ ਵੀ ਆਪਣੀ ਤਲਵਾਰ ਦਾ ਵਾਰ ਕਰਨਾ ਚਾਹੁੰਦਾ ਹੈ। ਗੁਰੂ ਢਾਲ ਪਹਿਲੇ ਓਜੰ ਸੰਭਾਰਾ, ਲੱਲਾ ਬੇਗ ਨੇ ਵਾਰ ਕੀਤਾ, ਇਹਨੇ ਵਾਰ ਕੀਤਾ, ਸਤਿਗੁਰਾਂ ਅੱਗੇ ਢਾਲ ਕੀਤੀ ਤੇ ਇਹਦਾ ਵਾਰ ਰੋਕ ਲਿਆ। ਕਹਿਓ ਵਾਰ ਔਰੰਕਰੋ ਘਾਤ ਪਾਇ ਕੇ, ਇੱਕ ਵਾਰ ਲੱਲਾ ਬੇਗ ਦਾ ਖਾਲੀ ਚਲਾ ਗਿਆ। ਮਹਾਰਾਜ ਜੀ ਕਹਿੰਦੇ ਲੱਲਾ ਬੇਗ ਇੱਕ ਵਾਰ ਹੋਰ ਕਰ ਲੈ। ਸਤਿਗੁਰੂ ਜੀ ਦੀ ਵਾਰ ਕਰਨ ਦੀ ਵਾਰੀ ਸੀ ਵੈਸੇ, ਪਰ ਮਹਾਰਾਜ ਜੀ ਨੇ ਫਿਰ ਇੱਕ ਮੌਕਾ ਹੋਰ ਦਿੱਤਾ,
ਜਿਵੇਂ ਬਾਜ ਰਜਿਆ ਹੋਵੇ ਨਾ, ਉਹਨੇ ਬਟੇਰਾ ਜਿਹਾ ਫੜਿਆ ਹੁੰਦਾ ਹੱਥ ਵਿੱਚ, ਉਹ ਮਾਰਦਾ ਉਹਨੂੰ ਨਚਾਈ ਟਪਾਈ ਜਿਹਾ ਜਾਂਦਾ ਬਾਜ, ਕਹਿੰਦੇ ਉਹ ਸੱਜੇ ਪਾਸੇ ਜਾਂਦਾ ਫਿਰ ਦੱਬ ਲੈਂਦਾ, ਖੱਬੇ ਪਾਸੇ ਜਾਵੇ ਫਿਰ ਦੱਬ ਲੈਂਦਾ। ਏਦਾਂ ਮਹਾਰਾਜ ਜੀ ਵੀ ਲੀਲਾ ਪੇ ਕਰਦੇ ਨੇ, ਕਹਿੰਦੇ ਲੱਲਾ ਵੇਗ ਇੱਕ ਵਾਰ ਹੋਰ ਕਰ। ਪਿਛਾਰੇ ਬਸੂਰੈ ਗੈਰੈ ਮ੍ਰਿਤ ਹੋਏ ਕੈ, ਕਿਤੇ 80 ਵਾਰ ਕੀਤਾ ਤੇ ਤੂੰ ਮੁੜ ਕੇ ਵਾਰ ਕਰਨ ਜੋਗਾ ਨਹੀਂ ਰਹਿਣਾ, ਤੇ ਤੇਰੇ ਮਨ ਚ ਕਿਤੇ ਪਛਤਾਵਾ ਨਾ ਰਹਿ ਜਾਏ ਕਿ ਮੈਂ ਗੁਰੂ ਜੀ ਤੇ ਵਾਰ ਨਹੀਂ ਕਰ ਸਕਿਆ, ਕਿਉਂਕਿ ਸਾਡੇ ਵਾਰ ਕੀਤਿਆਂ ਤੂੰ ਡਿੱਗ ਪੈਣਾ ਮੌਤ ਦੇ ਘਾਟ ਉਤਰ ਕੇ। ਮੇਰੇ ਗੁਰੂ ਕੇ ਮਹਾਨੇ ਪਛਾਨੇ। ਲੱਲਾ ਵੇਗ ਨੇ ਵੇਖਿਆ ਵੀ ਮੈਂ ਤਾਂ ਸੋਚਿਆ ਸੀ ਵੀ ਗੁਰੂ ਪੀਰ ਹੀ ਹੋਣੇ ਨੇ, ਪਰ ਵੇਖਿਆ ਵੀ ਇਹ ਤਾਂ ਬੜਾ ਦਲੇਰ ਆ, ਇਹ ਤਾਂ ਬੜਾ ਸੂਰਮਾ। ਉਹਨੇ ਮਹਾਰਾਜ ਜੀ ਦੀ ਦਲੇਰੀ ਵੇਖੀ ਵੀ ਮੈਨੂੰ ਵਾਰ ਕਰਨ ਦਾ ਇੱਕ ਮੌਕਾ ਹੋਰ ਪੇ ਦਿੰਦੇ ਨੇ। ਕਰੈ ਵਾਰ ਤੇ ਵਾਰ ਕੋ ਖੱਗ ਪਾਨੇ, ਵਾਰ ਤੇ ਵਾਰ ਕਰਦਾ ਘੁਮਾ ਕੇ ਕਦੇ ਸੱਜਿਓ ਕਦੇ ਖੱਬਿਓ ਪਾਸਿਓ ਵਾਰ ਲੈ ਕੇ ਆਉਂਦਾ। ਪਨੰ ਸ਼ੀਘਰੰ ਸਾਥੰ ਕਰਿਓ ਨੇਰ ਆਇਓ, ਬੜੀ ਸ਼ੀਘਰਤਾਈ ਨਾਲ ਕੋਲ ਆ ਕੇ ਵਾਰ ਕਰਦਾ। ਚਾਹੇ ਉਹ ਮਾਰ ਬੇ ਹੱਥ ਉੱਚੋ ਉਠਾਇਓ, ਇਹਨੇ ਵਾਰ ਕਰਨ ਵਾਸਤੇ ਆਪਣਾ ਹੱਥ ਤਾਂ ਨੂੰ ਚੁੱਕਿਆ। ਕਰੇ ਢਾਲ ਸੌ ਹੈ ਨਿਰਭੈ ਹੋਏ ਅੱਗੇ, ਮਹਾਰਾਜ ਜੀ ਨੇ ਅੱਗੇ ਢਾਲ ਕੀਤੀ ਹੋਈ ਆ ਤੇ ਨਿਰਭੈ ਹੋ ਕੇ ਇਹਦੇ ਅੱਗੇ ਸੋਭਨੀਕ ਹੋ ਰਹੇ ਨੇ। ਗੁਰੂ ਜੀ ਚਲਾਇਓ ਹਿਰਦੈ ਕੋਪ ਜਾਗੇ, ਮਹਾਰਾਜ ਜੀ ਨੇ ਢਾਲ ਕਰਕੇ ਅੱਗੇ ਦਾ ਵਾਰ ਰੋਕ ਕੇ ਇਹਨੂੰ ਪਿੱਛੇ ਨੂੰ ਧੱਕਿਆ ਹੈ। ਲੱਲਾ ਬੇਗ ਨੇ ਆਪ ਨਹੀਂ ਪ੍ਰਹਾਰਿਓ, ਲੱਲਾ ਬੇਗ ਨੇ ਉਸ ਵੇਲੇ ਵਾਰ ਨਹੀਂ ਕੀਤਾ। ਗੁਰੂ ਵਾਰ ਤੇ ਅੰਗ ਸਾਰੋ ਉਬਾਰਿਓ, ਮਹਾਰਾਜ ਜੀ ਨੇ ਵਾਰ ਕੀਤਾ ਘੁਮਾ ਕੇ, ਜਦੋਂ ਸਤਿਗੁਰਾਂ ਨੇ ਵਾਰ ਕੀਤਾ ਲੱਲਾ ਬੇਗ ਫਿਰ ਆਪ ਵਾਰ ਕਰਦਾ ਕਰਦਾ ਪਿੱਛੇ ਹਟ ਗਿਆ ਇੱਕਦਮ। ਜਦੋਂ ਪਿੱਛੇ ਹਟ ਗਿਆ ਤੇ ਮਹਾਰਾਜ ਜੀ ਦਾ ਵਾਰ ਇੱਕ ਵਾਰੀ ਖਾਲੀ ਚਲਾ ਗਿਆ। ਕਰੇ ਛਾਲ ਸ਼ਿਕਰੈ ਇਤੇ ਯੋਤ ਹੋਇਓ, ਬੜੀ ਸ਼ਿਕਰਤਾਈ ਨਾਲ ਉਹਨੇ ਛਾਲ ਮਾਰੀ ਤੇ ਬਚਾ ਗਿਆ ਮਹਾਰਾਜ ਜੀ ਦੇ ਵਾਰ ਤੋਂ। ਸਤਿਗੁਰੂ ਵੀ ਲੀਲਾ ਪੇ ਕਰਦੇ ਨੇ, ਵਾਰ ਮਹਾਰਾਜ ਜੀ ਤੋਂ ਬਚਾ ਕੇ ਨਾ ਇੱਕਦਮ ਛਾਲ ਜੀ ਮਾਰ ਕੇ ਦੂਰ ਜਿਹਾ ਹਟ ਗਿਆ। ਪਹੁੰਚੇ ਗੁਰੂ ਜੀ ਗਏ ਦੂਰ ਜੋਇਓ, ਪੈਂਤਰੇ ਦੇ ਪਿੱਛੇ ਪਿੱਛੇ ਹਟਦਾ ਗਿਆ ਮਹਾਰਾਜ ਜੀ, ਚੜਾਈ ਕਰਕੇ ਨਾ ਪੈਂਤਰੇ ਦੇ ਉੱਤੇ ਕੋਲ ਆ ਗਏ। ਹਰੋ ਹੋ ਗੀਤੇ ਕਹਾਂ ਜਾਣ ਪਾਵਾਂ, ਮਹਾਰਾਜ ਕਹਿੰਦੇ ਉਹ ਕਾਇਰਾ ਉਹ ਕੀਤੀਆ ਦੁਗਦਲਾ ਪਿੱਛੇ ਕਿੱਧਰ ਦੌੜਿਆ ਜਾਂਦਾ, ਆ ਸਾਡੇ ਸਾਹਮਣੇ ਖਲੋ ਕੇ ਵਾਰ ਕਰ। ਉਹ ਦੌੜਿਆ ਜਾਂਦਾ ਸੀ ਪਿੱਛੇ ਪਿੱਛੇ ਪੈਂਤਰੇ ਤੇ, ਮਹਾਰਾਜ ਜੀ ਚੜਾਈ ਕਰੀ ਜਾਂਦੇ ਉੱਤੇ, ਕਹਿੰਦੇ ਖਲੋ ਗੀਤੀਆ ਕਾਇਰਾ ਕਿੱਧਰ ਦੌੜਿਆ ਜਾਂਦਾ। ਤੇ ਜੈ ਵਾਰ ਮੇਰੋ ਕਹਾਂ ਲਓ ਬਚਾ, ਸਾਡਾ ਵਾਰ ਨਹੀਂ ਦੇਣਾ, ਸਾਡਾ ਵਾਰ ਦੇਣ ਦਾ ਹੁਣ ਸਮਾਂ ਤੇ ਆਪ ਤੂੰ ਵਾਰ ਦੋ ਕਰ ਬੈਠਾ ਤੇ ਸਾਡੇ ਵਾਰ ਦਾ ਹਾਲੇ ਵੇਲਾ ਤੇ ਤੂੰ ਉਹ ਹਾਲੇ ਵਾਰ ਦਾ ਸਮਾਂ ਨਹੀਂ ਪਿਆ ਦਿੰਦਾ। ਸੋਨੇ ਬੈਨ ਕੋਪੇ ਉਹ ਲੱਲਾ ਬੇਗ ਬੂਰ, ਸਤਿਗੁਰਾਂ ਕਹਿਆ ਨਾ ਉਹ ਗੀਤੀਆ ਕਾਇਰਾ ਬੁਝਦਲਾ। ਇਹ ਸੁਣ ਕੇ ਇੱਕਦਮ ਖਿੱਚ ਵਿੱਚ ਆ ਗਿਆ ਲੱਲਾ ਬੇਗ ਵੀ, ਰੋਸ ਵਿੱਚ ਆ ਗਿਆ, ਇਹਨੇ ਪੈਰ ਆਪਣੇ ਅੜਾ ਲਏ। ਫਿਰਿਓ ਫਿਰ ਐਸੇ ਹਿਰਦੈ ਧਾਰ ਤੀਰੰ, ਖਲੋ ਗਿਆ ਇੱਕਦਮ ਇੱਕਦਮ ਪੈਰ ਅੜਾ ਲਏ ਨੇ ਰਣ ਦੇ ਭੂਮੀ ਦੇ ਵਿੱਚ, ਔਰ ਮਹਾਰਾਜ ਜੀ ਦੇ ਸਾਹਮਣੇ ਧੀਰਜ ਦੇ ਨਾਲ ਖਲੋ ਗਿਆ। ਭਾਇਓ ਮੋਹੇ ਜਿਉਂ ਬਿਖੇ ਹੋਏ ਭਾਰ, ਜਿਵੇਂ ਕੋਈ ਜ਼ਹਿਰੀਲਾ ਨਾਗ ਹੁੰਦਾ ਨਾ ਉਹਨੂੰ ਮਾਰਨ ਕੋਈ ਦੌੜੇ ਤੇ ਇੱਕਦਮ ਮੁੜ ਕੇ ਪਿਛਲੇ ਬੰਨੋਂ ਫਨ ਜਿਹਾ ਖਿਲਾਰ ਲੈਂਦਾ ਤੇ ਖਿਲਾਰ ਕੇ ਰੁਕ ਜਾਂਦਾ ਡਰਾ ਦਿੰਦਾ ਨਾ, ਕਹਿੰਦੇ ਏਦਾਂ ਫਨ ਜਿਹਾ ਖਿਲਾਰ ਕੇ ਸੱਪ ਵਾਂਗੂ ਇਹ ਖਲੋ ਗਿਆ। ਦੱਬੇ ਪੂਛ ਤੇ ਕਾਟ ਬੇ ਕੋ ਪਧਾਰੋ, ਜਿਵੇਂ ਕਿਸੇ ਸੱਪ ਦੀ ਪੂਛ ਦੇ ਪੈਰ ਰੱਖ ਜਾਣਾ ਇੱਕਦਮ ਮੂੰਹ ਮੋੜ ਕੇ ਪਿੱਛੇ ਨੂੰ ਆਉਂਦਾ ਦੌੜ ਕੇ ਵੱਢਣ ਵਾਸਤੇ, ਉਸੇ ਤਰ੍ਹਾਂ ਲੱਲਾ ਬੇਗ ਵੀ ਆਇਆ। ਪ੍ਰਹਾਰ ਕਿਰਪਾਨ ਕਈ ਵਾਰ ਕੀਨੇ, ਫਿਰ ਵਾਰ ਕੀਤੇ ਕਈ,
ਕਈ ਵਾਰ ਕਰਦਾ ਮਹਾਰਾਜ ਜੀ ਨੂੰ ਸਾਰੇ ਵਾਰ ਇਹਦੇ ਖਾਲੀ ਜਾਈ ਜਾਂਦੇ ਨੇ। ਕਥਾ ਸਿਗਰ ਧਾਰੇ ਗੁਰੂ ਓਟ ਲੈਨੇ, ਮਹਾਰਾਜ ਜੀ ਨੇ ਵੀ ਓਟ ਢਾਲ ਦੀ ਲੈ ਕਰਕੇ ਇਹਦੇ ਵਾਰਾਂ ਨੂੰ ਰੋਕਦੇ ਨੇ। ਧਰੇ ਹੱਥ ਬਾਮੇ ਬੜੇ ਢਾਲ ਭਾਰੇ, ਆਪਣੇ ਹੱਥ ਵਿੱਚ ਮਹਾਰਾਜ ਜੀ ਦੇ ਬੜੀ ਮਜ਼ਬੂਤ ਤੇ ਵੱਡੀ ਭਾਰੀ ਢਾਲ ਹੈ। ਉੱਤੇ ਹੱਥ ਮਾਹੇ ਕਿਰਪਾ ਨੰ ਸੰਭਾਰੇ, ਸੱਜੇ ਹੱਥ ਵਿੱਚ ਮਹਾਰਾਜ ਜੀ ਦੇ ਚੌੜਾ ਤੇਗਾ ਹੈ। ਧਰੇ ਵਾਰ ਤੱਕੇ ਉਹ ਪ੍ਰਹਾਰ ਹੈ ਸਮਾਨ, ਮਹਾਰਾਜ ਜੀ ਨੇ ਆਖਿਆ ਲੱਲਾ ਬੇਗ ਵਾਰ ਆਉਣ ਲੱਗਾ ਜੇ, ਪੜ੍ਹਦਾ ਜਿਹੜਾ ਸੋਹਲਾ ਪੜ੍ਹਦਾ, ਪੜ੍ਹਦਾ ਜਿਹੜੀਆਂ ਕਲਮਾਂ ਪੜ੍ਹਦੀਆਂ ਨੇ। ਮਹਾਰਾਜ ਜੀ ਨੇ ਵਾਰ ਘੁਮਾਇਆ ਥੱਲੜੇ ਪਾਸਿਓਂ ਦੀ, ਇਹਨੇ ਸੋਚਿਆ ਵੀ ਵਾਰ ਲੱਤਾਂ ਨੂੰ ਕੱਟੇਗਾ ਮੇਰੇ ਥੱਲਿਓਂ, ਜਿਹਨੂੰ ਵੱਖੀ ਵਾਲਾ ਵਾਰ ਕਹਿੰਦੇ ਆ ਉਹ ਵਾਰ ਮਹਾਰਾਜ ਜੀ ਨੇ ਕੀਤਾ ਵੀ ਵੱਖੀ ਵਿੱਚੋਂ ਕੱਟਣਗੇ, ਇਹ ਥੱਲੇ ਵੇਖਦਾ ਰਹਿ ਗਿਆ। ਕਰੇ ਓਟ ਤਾਹੂੰ ਲੱਲਾ ਬੇਗ ਜਾਨਾ, ਲੱਲਾ ਬੇਗ ਸਮਝ ਗਿਆ ਵੀ ਵਾਰ ਥੱਲੇ ਹੋਵੇਗਾ, ਉਹਨੇ ਥਲੜੇ ਪਾਸੇ ਦੀ ਰੋਕਣ ਦਾ ਯਤਨ ਕੀਤਾ, ਢਾਲ ਥਲੜੇ ਪਾਸਿਓਂ ਦੀ ਕਰ ਲਈ। ਅਰੇ ਧਾਵ ਕੋ ਮੈਂ ਬਚਾਵਾਂ ਚਾਹੁੰਦਾ, ਚਾਹੁੰਦਾ ਸੀ ਵੀ ਮੈਂ ਢਾਲ ਕਰਕੇ ਮਹਾਰਾਜ ਜੀ ਦਾ ਵਾਰ ਜਿਹੜਾ ਥੱਲੇ ਕਰ ਰਹੇ ਨੇ ਪੈਰਾਂ ਵਾਲੇ ਪਾਸੇ ਲਵੱਖੀ ਦੇ ਕੋਲ ਦੀ, ਉਹ ਮੈਂ ਰੋਕ ਲਵਾਂਗਾ। ਅਰੇ ਢਾਲ ਆਗੇ ਸੋ ਪੈਰੰ ਰੋਪੰਤਾ, ਥੱਲੇ ਪੈਰਾਂ ਤੇ ਰੁਪਿਆ ਹੋਇਆ ਥੱਲਿਓਂ ਧਿਆਨ ਉਹਦਾ ਚਲਾ ਗਿਆ ਵੀ ਮੈਂ ਇੱਥੋਂ ਵਾਰ ਰੋਕਾਂਗਾ। ਗੁਰੂ ਸਿਦਰ ਤੇ ਹੱਥ ਉੱਚੇ ਉਭਾਰਾ, ਕਿਹੜੇ ਟਾਈਮ ਮਹਾਰਾਜ ਜੀ ਨੇ ਬੜੀ ਕਰੰਟ ਵਰਗੀ ਫੁਰਤੀ ਨਾਲ ਵਾਰ ਥੱਲੜੇ ਪਾਸੇ ਨੀ ਕੱਢਦਿਆਂ ਕੱਢਦਾ ਐਨ ਉੱਪਰਲੇ ਪਾਸਿਓਂ ਲੈ ਆਏ ਧੌਣ ਦੇ ਕੋਲ, ਥੱਲੜੇ ਪਾਸਿਓਂ ਕੱਢਦਿਆਂ ਐਨ ਧੌਣ ਦੇ ਕੋਲ ਇਹਦੇ ਉੱਤੋਂ ਵਾਰ ਲੈ ਆਏ। ਰਾਜੋਲ ਬਾਹੇ ਲੱਗੇ ਜਾਏ ਧਾਰਾ, ਮਹਾਰਾਜ ਜੀ ਨੇ ਤੇਗੇ ਦਾ ਵਾਰ ਕੀਤਾ ਇਹਦੀ ਗਰਦਨ ਦੇ ਉੱਤੇ ਲੱਲਾ ਬੇਗ ਦੇ। ਬਾਹੇ ਕੰਠ ਮੈਂ ਪਾਰ ਭੇਰਤ ਐਸੇ, ਔਰ ਕੱਦੂ ਵਰਗਾ ਸਿਰ ਲਾ ਕੇ ਜ਼ਮੀਨ ਤੇ ਸੁੱਟ ਦਿੱਤਾ ਲੱਲਾ ਬੇਗ ਦਾ। ਸ੍ਰੀ ਅਕਾਲ, ਇਹਦਾ ਸਿਰ ਲਾ ਕੇ ਜ਼ਮੀਨ ਤੇ ਏਦਾਂ ਸੁੱਟਿਆ ਜੀ ਗਰਦਨ ਚੋਂ ਤਲਵਾਰ ਏਦਾਂ ਨਿਕਲ ਗਈ ਜਿਵੇਂ ਸਾਬਣ ਵਿੱਚੋਂ ਤਾਰ ਪਾਰ ਨਿਕਲ ਜਾਂਦੀ ਹੈ। ਕਰੇ ਕੱਟ ਸਾਬਣ ਕੋ ਤਾਰ ਜੈਸੇ, ਸਾਬਣ ਨੂੰ ਤਾਰ ਕੱਟ ਕੇ ਵਿੰਨ ਕੇ ਪਾਰ ਨਿਕਲ ਜਾਂਦੀ, ਏਦਾਂ ਤਲਵਾਰ ਇਹਦੀ ਗਰਦਨ ਚੋਂ ਪਾਰ ਨਿਕਲ ਗਈ। ਫਿਰ ਡਿੱਗ ਗਿਆ ਤੇ ਅੱਖਾਂ ਇਹਦੀਆਂ ਤੱਡੀਆਂ ਰਹਿ ਗਈਆਂ ਲੱਲਾ ਬੇਗ ਦੀਆਂ। ਨਾਰੀਅਲ ਨੀ ਡਿੱਗਦਾ, ਸ਼੍ਰੀ ਫਲ, ਸ਼੍ਰੀ ਫਲ ਕਹਿੰਦੇ ਨਾਰੀਅਲ ਨੂੰ, ਜਿਵੇਂ ਨਾਰੀਅਲ ਹਵਾ ਦੇ ਨਾਲ ਜ਼ਮੀਨ ਤੇ ਧੜਮ ਦੇ ਕੇ ਡਿੱਗਦਾ, ਏਦਾਂ ਸਿਰ ਡਿੱਗਾ ਇਹਦਾ। ਬਿਨਾ ਮੁੰਡ ਤੇ ਰੁੰਡ ਭੂਪੈ ਪਰਿਓ ਹੈ, ਬਿਨਾ ਸਿਰ ਤੋਂ ਇਹਦਾ ਧੜ ਜ਼ਮੀਨ ਤੇ ਤੜਫ ਰਿਹਾ। ਰੋ ਮੋਲੇ ਛਿੰਨ ਮਾਨੋ ਸੋ ਗਰਿਓ ਹੈ, ਮਾਨੋ ਜਿਵੇਂ ਕੋਈ ਦਰਖਤ ਡਿੱਗਦਾ ਨਾ ਥੱਲੋਂ ਜੜ ਤੋਂ ਧੜਮ ਦੇ ਕੇ ਤਣਾ ਡਿੱਗਦਾ, ਏਦਾਂ ਧੜਮ ਦੇ ਕੇ ਇਹਦਾ ਸਰੀਰ ਡਿੱਗਾ ਲੱਲਾ ਬੇਗ ਦਾ। ਹੋਰਾ ਰਹਿਓ ਬਚਾਵਤ ਤਰੇ ਕੋ ਉਪਰ ਭਇਓ ਪ੍ਰਹਾਰ, ਥੱਲੇ ਆਪਣੀਆਂ ਲੱਤਾਂ ਹੀ ਬਚਾਉਂਦਾ ਰਹਿ ਗਿਆ, ਸਤਿਗੁਰੂ ਜੀ ਨੇ ਵਾਰ ਇਹਦੇ ਉੱਪਰਲੇ ਪਾਸਿਓਂ ਸਿਰ ਤੇ ਕਰ ਦਿੱਤਾ। ਪ੍ਰਾਨ ਤਿਆਗ ਗਮਨਿਓ ਪਿਸਤ ਸਤਿਗੁਰ ਅਗਰ ਨਿਹਾਰ, ਸਤਿਗੁਰਾਂ ਦੇ ਵੇਖਦਿਆਂ ਵੇਖਦਿਆਂ ਇਹ ਪ੍ਰਾਨ ਤਿਆਗ ਕੇ ਬਹਿਸ਼ਤ ਨੂੰ ਗਿਆ। ਬਹਿਸ਼ਤ ਸ਼ਬਦ ਵਰਤਿਆ ਇੱਥੇ ਭਾਈ ਸਾਹਿਬ ਨੇ, ਬਹਿਸ਼ਤ ਨੂੰ ਕਿਉਂ ਗਿਆ? ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਦੇ ਹੱਥੋਂ ਮਰਿਆ ਹੈ, ਇਸ ਕਰਕੇ ਬਹਿਸ਼ਤ ਨੂੰ ਗਿਆ। ਬਹਿਸ਼ਤ ਨੂੰ ਲੋਚਦੇ ਨੇ ਮੁਸਲਮਾਨ ਵੀਰ, ਉਹ ਕਹਿੰਦੇ ਸਾਨੂੰ ਬਹਿਸ਼ਤ ਚਾਹੀਦਾ, ਪਰ ਮਹਾਰਾਜ ਛੇਵੇਂ ਪਾਤਸ਼ਾਹ ਦੇ ਹੱਥੋਂ ਮਰਨ ਕਰਕੇ ਵਾਕਈ ਬਹਿਸ਼ਤ ਨੂੰ ਗਿਆ। ਆਪਣੀ ਕਰਨੀ ਕਰਕੇ ਭਾਵੇਂ ਨਾ ਜਾਂਦਾ, ਪਰ ਸਤਿਗੁਰਾਂ ਦੇ ਹੱਥੋਂ ਮਰਨ ਕਰਕੇ ਬਹਿਸ਼ਤ ਨੂੰ ਗਿਆ। ਇਸ ਪ੍ਰਕਾਰ ਨਾਲ ਲੱਲਾ ਬੇਗ ਮਾਰਿਆ ਗਿਆ, ਰਹਿੰਦੀ ਫੌਜ ਮਾਰ ਕੇ ਸਤਿਗੁਰੂ ਜੰਗ ਫਤਿਹ ਕਰ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿ